ਵਿੱਚ ਅਜੇ ਆਉਂਦੀ ਮਿੱਠੀ ਏ, ਲੈ ਜਣਾ ਚ ਆਉਂਦਾ ਤੇਰਾ ਯਾਰ ਨੀ, ਲੈ ਜਣਾ ਚ ਆਉਂਦਾ ਤੇਰਾ, ਉਹ ਅੰਗਾਂ ਵਿੱਚ ਅਜੇ ਆਉਂਦੀ। ਆਹ ਕੁਝ ਲੋਕ ਕਹਿੰਦੇ ਨੇ ਤੁਸੀਂ ਆਪਣੀ ਕਿਸਮਤ ਨੂੰ ਆਪ ਲਿਖਦੇ ਹੋ, ਅਤੇ ਕੁਝ ਕਹਿੰਦੇ ਨੇ ਤੁਹਾਡੀ ਕਿਸਮਤ ਉੱਤੋਂ ਲਿਖੀ ਲਿਖਾਈ ਆਉਂਦੀ ਹੈ। ਸੱਚ ਕੀ ਹੈ ਇਹ ਤਾਂ ਕੋਈ ਨਹੀਂ ਜਾਣਦਾ, ਪਰ ਜੇ ਆਪਣੀ ਕਿਸਮਤ ਆਪ ਲਿਖਦੇ ਹੁੰਦੇ ਤਾਂ ਕੋਈ ਆਪਣੀ ਕਿਸਮਤ 'ਚ ਦੁੱਖ ਅਤੇ ਧੋਖੇ ਨਾ ਲਿਖਦਾ। ਪਰ ਸੱਚ ਕਿਹਾ ਸਿਆਣਿਆਂ ਨੇ, ਕਈ ਵਾਰ ਮਜਬੂਰੀਆਂ, ਬਦਲਾ ਅਤੇ ਲਾਲਚ ਬੰਦੇ ਤੋਂ ਉਹ ਕੰਮ ਕਰਵਾ ਜਾਂਦੇ ਨੇ ਜਿਹੜੇ ਕਦੇ ਸੋਚੇ ਵੀ ਨਹੀਂ ਹੁੰਦੇ। ਇਹੀ ਚੀਜ਼ ਦਾ ਗਵਾਹ ਇਹ ਜ਼ਮੀਨ 'ਤੇ ਪਿਆ ਸ਼ਖਸ਼ ਹੈ ਜਿਹਦਾ ਨਾਮ ਹੈ ਜਿੰਦਾ ਉਰਫ ਜਤਿੰਦਰ ਸਿੰਘ ਬਰਾੜ। ਇਹਦਾ ਇਸ ਹਾਲਤ 'ਚ ਪਏ ਹੋਣ ਦਾ ਕਾਰਨ ਵੀ ਕੁਝ ਅਜਿਹਾ ਹੀ ਸੀ, ਪਰ ਇਹਦੇ ਕਿਰਦਾਰ ਦਾ ਚੰਗਾ ਮਾੜਾ ਹੋਣਾ ਆਪੋ ਆਪਣੇ ਨਜ਼ਰੀਏ 'ਤੇ ਨਿਰਭਰ ਕਰਦਾ ਹੈ।
ਸੰਧੂ ਸਾਹਿਬ, ਆ ਰੰਧਾਵੇ ਨੇ ਨੱਕ 'ਚ ਦਮ ਲਿਆਤਾ। ਲੋ ਬਿਡ ਕਰਕੇ ਸਾਰੇ ਦੇ ਸਾਰੇ ਕੰਟਰੈਕਟ ਆਪ ਲਈ ਜਾ ਰਿਹਾ ਵਾ। ਦੂਜਾ ਜਿਹੜਾ ਆਪਣਾ ਕ੍ਰੋਸ ਬਾਰਡਰ ਤੋਂ ਮਾਲ ਆਉਂਦਾ ਵਾ, ਉੱਤੇ ਵੀ ਅੱਖ ਰੱਖੀ ਬੈਠਾ ਵਾ। ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਜਿੱਦਣ ਗਲੀਆਂ ਗਲੀਆਂ 'ਚ ਇਹਦੇ ਡਿਸਟ੍ਰੀਬਿਊਟਰ ਹੋਣਗੇ। ਆਪਣੇ ਥੱਲੇ ਕੰਮ ਕਰਨ ਵਾਲਾ ਬੰਦਾ ਆਪਣੇ ਚਿੱਠੇ ਫਰੋਲਣ ਨੂੰ ਫਿਰਦਾ। ਦੁਨੀਆਂ ਦਾ ਇੱਕ ਦਸਤੂਰ ਹੈ ਗੱਲ ਸਾਹਿਬ ਕਿ ਕਦੇ ਵੀ ਬੋਰਡ ਦੇ ਥੱਲੇ ਦੂਜਾ ਬੋਰਡ ਨਹੀਂ ਉੱਗ ਸਕਦਾ, ਕਿਉਂਕਿ ਪੁਰਾਣੇ ਬੋਰਡ ਦੀਆਂ ਜੜ੍ਹਾਂ ਨਵੇਂ ਦੇ ਪੈਰ ਨਹੀਂ ਲੱਗਣ ਦਿੰਦੀਆਂ। ਨਾਲੇ ਰੰਧਾਵੇ ਵਰਗੇ ਇੱਥੇ ਕਈ ਆਏ ਕਈ ਗਏ, ਹੋ ਸਕਦਾ ਰੰਧਾਵੇ ਦਾ ਟਾਈਮ ਵੀ ਨੇੜੇ ਹੋਵੇ। ਸੰਧੂ ਸਾਹਿਬ, ਮੈਂ ਸਮਝਿਆ ਨਹੀਂ ਕੁਛ। ਗੱਲ ਸਾਹਿਬ, ਕੰਟਰੈਕਟ ਵੀ ਆਪਣੇ ਹੋਣਗੇ ਅਤੇ ਡਿਸਟ੍ਰੀਬਿਊਟਰ ਵੀ। ਤੁਸੀਂ ਟੈਨਸ਼ਨ ਨਾ ਲਓ, ਬਸ ਸਬਰ ਰੱਖੋ। ਸ਼ਤਰੰਜ ਦੀ ਆਖਰੀ ਚਾਲ ਆਪਣੀ ਹੋਊਗੀ। ਹਾਂ, ਗੱਲ ਕਰਕੇ ਨਾ ਤੁਸੀਂ ਮੇਰਾ ਸਾਰਾ ਭਾਰ ਲਾ ਦਿੱਤਾ। ਮਜ਼ਦੂਰ ਨੂੰ ਖੁਦਾਈ ਚ ਮਿਲੀ ਅਜਿਹੀ ਕੀਮਤੀ ਚੀਜ਼ ਕਿ ਮਾਫੀਆਂ ਦੇ ਡਰੋਂ ਲੁੱਕ ਕੇ ਦਿਨ ਕੱਢਣੇ ਪੈ ਰਹੇ ਨੇ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ ਕਿ ਜਦੋਂ ਇੱਕ ਖਾਣ ਵਿੱਚ ਕੰਮ ਕਰ ਰਹੇ 55 ਸਾਲਾਂ ਦੇ ਮਜ਼ਦੂਰ ਦੇ ਹੱਥ ਇੱਕ ਕੀਮਤੀ ਚੀਜ਼ ਲੱਗੀ। ਹਾਲਾਂਕਿ ਇਸ ਕੀਮਤੀ ਚੀਜ਼ ਨਾਲ ਬਜ਼ੁਰਗ ਦੀ ਜਾਨ ਨੂੰ ਖਤਰਾ ਪੈ ਗਿਆ ਹੈ ਅਤੇ ਉਹ ਲੋਕਾਂ ਤੋਂ ਲੁਕਣ ਲਈ ਮਜਬੂਰ ਹੋ ਗਿਆ ਹੈ। ਦੱਸ ਦਈਏ ਕਿ ਬ੍ਰਾਜ਼ੀਲ ਵਿੱਚ ਰਹਿਣ ਵਾਲਾ ਇਹ ਵਿਅਕਤੀ ਕਾਰਨੀਪਾ ਦੀ ਖਾਣ ਚ ਕੁਟਾਈ ਕਰਨ ਲਈ ਕੁਛ ਲੋਕਾਂ ਨੂੰ ਆਪਣੇ ਨਾਲ ਲੈ ਕੇ ਗਿਆ ਸੀ। ਉਸਦਾ ਮੰਨਣਾ ਹੈ ਕਿ ਜੇਕਰ ਕੋਈ ਕੀਮਤੀ ਚੀਜ਼ ਮਿਲੇ ਤਾਂ ਕੱਲ ਆਹ ਲੈਟਰਾਂ ਆਈਆਂ ਨੇ ਬੈਂਕ ਤੋਂ, ਜੇ ਲਾਈਨ ਆਫ ਕ੍ਰੈਡਿਟ ਦੀ ਪੇਮੈਂਟ ਮਿਸ ਹੋਈ ਤਾਂ ਕ੍ਰੈਡਿਟ ਬਿਊਰੋ ਨੂੰ ਭੇਜ ਦੇਣਗੇ। ਨਾਲੇ ਕਿੰਨਾ ਟਾਈਮ ਹੋ ਗਿਆ ਲੋਨ ਚੱਕੇ ਨੂੰ, ਇਹ ਮੋੜਨਾ ਕਦੋਂ ਹੈ ਤੇ ਕਿਵੇਂ ਇਹਦੇ ਬਾਰੇ ਸੋਚਿਆ? ਉਹ ਕੋਈ ਨਾ, ਮੋੜ ਦਾਂਗੇ ਲੋਨ ਵੀ, ਨਾਲੇ ਪੇਮੈਂਟ ਵੀ ਕਰ ਦਾਂਗੇ ਟਾਈਮ ਤੇ। ਨਾਲੇ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਸੀ। ਦੱਸ। ਦੱਸਣਾ ਕੀ ਹੈ? ਸਭ ਕੁਝ ਪਤਾ ਹੁੰਦੇ ਵੀ ਅਣਜਾਣ ਬਣ ਰਹੇ ਹੋ, ਆ ਰੋਜ਼ ਰੋਜ਼ ਥੋੜਾ ਥੋੜਾ ਦੂਰ ਹੋਣ ਨਾਲੋਂ ਚੰਗਾ ਆਪਾਂ ਇੱਕੋ ਵਾਰ ਅੱਡ ਹੋ ਜਾਈਏ। ਕੀ ਮਤਲਬ? ਮੈਂ ਕੁਛ ਸਮਝਿਆ ਨਹੀਂ। ਯਾਰ ਤੁਹਾਨੂੰ ਵੀ ਪਤਾ, ਇਟਸ ਨਾਟ ਵਰਕਿੰਗ ਆਊਟ ਬਿਟਵੀਨ ਅਸ। ਕੀ ਫਾਇਦਾ ਆਪਣੇ ਆਪ ਨੂੰ ਰੋਜ਼ ਝੂਠ ਬੋਲ ਕੇ? ਠੀਕ ਹੈ, ਇਹੋ ਜਿਹਾ ਕੋਈ ਮਸਲਾ ਨਹੀਂ ਜਿਹੜਾ ਹੱਲ ਨਾ ਹੋ ਸਕੇ। ਜੇ ਦੋਵੇਂ ਧਿਰਾਂ ਰਾਜ਼ੀ ਹੋਣ, ਨਾਲੇ ਜਿੰਨਾ ਟਾਈਮ ਤੂੰ ਆਪਦੀ ਮਾਂ ਦੀ ਗੱਲ ਮੰਨੇਗੀ ਨਾ, ਉਨਾ ਟਾਈਮ ਕੋਈ ਹੱਲ ਨਹੀਂ ਹੋਣਾ। ਮੈਨੂੰ ਲੱਗਦਾ ਉਹ ਟਾਈਮ ਲੰਘ ਗਿਆ ਹੁਣ। ਨਾਲੇ ਤੁਸੀਂ ਵਾਰ ਵਾਰ ਹਰ ਗੱਲ 'ਚ ਮੇਰੀ ਮਾਂ ਨੂੰ ਕਿਉਂ ਲਿਆਉਂਦੇ ਹੋ? ਚੱਲ ਠੀਕ ਹੈ, ਆਪਾਂ ਵੀਕਐਂਡ 'ਤੇ ਗੱਲ ਕਰਦੇ ਹਾਂ ਇਸ ਬਾਰੇ। ਚੱਲ ਮਿਲਦੇ ਹਾਂ। ਅੱਜ ਤੇਰੀ ਵਾਰੀ ਹੈ ਬਾਈ, ਤੂੰ ਚਲਾਉਣੀ ਹੈ ਗੱਡੀ। ਸੀਰੀਅਸਲੀ ਯਾਰ, ਕੀ ਹੈ ਯਾਰ ਇਹ? ਉਹ ਚੱਲ ਮੈਂ ਚਲਾ ਲੈਂਦਾ ਭਰਾਵਾ। ਆ ਕਿਹਦਾ ਆ ਗਿਆ? ਹੈਲੋ। ਹਾਈ ਸਰ, ਦਿਸ ਇਜ਼ ਅਲੀ ਫਰੋਮ ਏਅਰ ਡਕਟ ਕਲੀਨਿੰਗ। ਸਰ, ਵੀ ਹੈਵ ਅ ਵੈਰੀ ਸਪੈਸ਼ਲ ਆਫਰ ਫਾਰ ਯੂ। ਸਰ, ਰਾਈਟ ਨਾਓ ਵੀ ਹੈਵ ਅ ਸਪੈਸ਼ਲ ਸੌਰੀ ਇਫ ਯੂ ਗੈਟ ਦ ਡਕਟ ਕਲੀਨਿੰਗ। ਆਮ ਨਾਟ ਇੰਟਰਸਟਿਡ। ਨੋ ਸਰ, ਬਟ ਲਿਸਨ ਟੂ ਮਾਈ ਡੀਲ ਸਰ, ਪਲੀਜ਼। ਇਟਸ
ਇਹ ਸਾਲਾ ਇਹਨਾਂ ਨੇ ਬੜਾ ਤੰਗ ਕੀਤਾ ਲੋਕਾਂ ਨੂੰ। ਇਹ ਜਿੱਦਣ ਮੇਰੇ ਧੱਕੇ ਚੜ ਗਏ ਨਾ ਤੇ ਵੇਖੀ ਕਿੱਦਾਂ ਦੇ ਭੂਤ ਭੰਗੜੇ ਪਾਉਂਦਾ ਮੈਂ। ਓਏ ਬਹਿ ਜਾ ਪੱਟੂਆ, ਸਿਆਣੇ ਕਹਿੰਦੇ ਆ ਵੀ ਫੜ ਉੱਨੀ ਕੁ ਮਾਰੀ ਦੀ ਹੁੰਦੀ ਹੈ ਜਿੰਨਾ ਕੁ ਲੱਤਾਂ 'ਚ ਦਮ ਹੋਵੇ। ਓ ਹੈਲੋ, ਇੰਡੀਆ 'ਚ ਬਥੇਰੇ ਫੈਂਟੇ ਇਹੋ ਜਿਹੇ ਮੈਂ, ਨਾਲੇ ਜਿਗਰੇ 'ਚ ਦਮ ਹੋਣਾ ਚਾਹੀਦਾ ਤਾਂ ਹੀ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ। ਨਾਲੇ ਨਾ ਕਦੀ ਕਦੀ ਤੂੰ ਮੈਨੂੰ ਮੇਰੇ ਬਾਪੂ ਵਰਗਾ ਲੱਗਦਾ, ਘਰੇ ਉਹ ਨਹੀਂ ਟਿਕਣ ਦਿੰਦਾ, ਗੱਲਾਂ 'ਚ ਤੇ ਕੰਮ 'ਤੇ ਤੂੰ। ਉਹ ਚੰਗਾ ਫਿਰ ਮੈਨੂੰ ਪਾਪਾ ਜੀ ਕਹਿ ਲਿਆ ਕਰ। ਚੱਲ ਓਏ, ਤੂੰ ਮੇਰੇ ਪਾਪੇ ਵਰਗਾ ਮਾਨ ਨਹੀਂ ਬਣ ਸਕਦਾ। ਹੈਲੋ ਬਾਈ ਜੀ, ਰੰਧਾਵਾ ਲਾਈਨ 'ਤੇ ਆ। ਸੰਧੂ ਸਾਹਿਬ, ਜੇ ਅੱਜ ਸਾਨੂੰ ਯਾਦ ਕੀਤਾ ਤਾਂ ਜ਼ਰੂਰ ਵਜ੍ਹਾ ਕੋਈ ਖਾਸ ਹੀ ਹੋਊਗੀ। ਓ ਯਾਦ ਤਾਂ ਮਰੇ ਹੋਏ ਲੋਕਾਂ ਨੂੰ ਕਰਿਆ ਜਾਂਦਾ ਛੋਟੇ, ਜਿਉਂਦਿਆਂ ਨਾਲ ਤਾਂ ਮੇਲ ਕਰੇ ਜਾਂਦੇ ਨੇ, ਪਰ ਜੇ ਉਹ ਚਾਹੁਣ ਤਾਂ। ਗੱਲ ਇਹ ਹੈ ਸੰਧੂ ਸਾਹਿਬ, ਮੇਲ ਟਾਈਮ ਸਿਰ ਹੋ ਜਾਣ ਤਾਂ ਹੀ ਚੰਗੀ ਗੱਲ ਹੈ। ਜਦ ਖਿਡਾਰੀ ਖੇਡ 'ਚ ਅੱਗੇ ਨਿਕਲ ਜਾਂਦਾ ਤਾਂ ਉਹਨਾਂ ਨੂੰ ਹੱਥ ਮਿਲਾਉਣ ਵਾਲੇ ਬਹੁਤ ਮਿਲ ਜਾਂਦੇ ਨੇ। ਪਰ ਸ਼ਾਇਦ ਤੈਨੂੰ ਇਹ ਨਹੀਂ ਪਤਾ ਕਿ ਹਾਰਨ ਤੋਂ ਪਹਿਲਾਂ ਹਾਰ ਦਾ ਗਮ ਨਹੀਂ ਮਨਾਉਣਾ ਚਾਹੀਦਾ, ਅਤੇ ਜਿੱਤਣ ਤੋਂ ਪਹਿਲਾਂ ਜਿੱਤ ਦਾ ਜਸ਼ਨ। ਤਖ਼ਤ 'ਤੇ ਪਲਟਣ ਨੂੰ ਦੇਰ ਨਹੀਂ ਲੱਗਦੀ ਇੱਥੇ। ਇਹ ਤਾਂ ਸਮਾਂ ਹੀ ਦੱਸੋ ਸੰਧੂ ਸਾਹਿਬ, ਮੇਰੀ ਜਿੱਤ ਨਾਲੋਂ ਤੁਸੀਂ ਆਪਣੀ ਹਾਰ ਦੀ ਫਿਕਰ ਕਰੋ, ਮੇਰੀ ਨੈਕਸਟ ਡੀਲ ਤੋਂ ਬਾਅਦ ਬਾਰੀ ਤੁਹਾਡੀ ਹਾਰ ਦੀ ਹੈ। ਉਹ ਜਿੰਨਾ ਮਰਜ਼ੀ ਉੱਡ ਲਵੇ ਕੋਈ ਪੰਛੀ ਅਸਮਾਨ 'ਚ, ਉਹਨਾਂ ਦਾ ਧਰਤੀ 'ਤੇ ਹੀ ਪੈਂਦਾ, ਬਾਕੀ ਅਸੀਂ ਤਾਂ ਬੈਠੇ ਧਰਤੀ 'ਤੇ ਹਾਂ, ਜੇ ਡਿੱਗਾਂਗੇ ਵੀ ਤਾਂ ਧਰਤੀ 'ਤੇ ਹੀ ਡਿੱਗਾਂਗੇ। ਨਾਲੇ ਸ਼ੁਭਕਾਮਨਾਵਾਂ ਤੈਨੂੰ ਤੇਰੀ ਹੋਣ ਵਾਲੀ ਨਵੀਂ ਡੀਲ ਦੀਆਂ। ਮਿਹਰਬਾਨੀ ਸਰ। ਬਾਈ ਜੀ, ਮੈਨੂੰ ਨਹੀਂ ਲੱਗਦਾ ਇਹ ਮੰਨੂਗਾ, ਇਹਦਾ ਕੰਡਾ ਤਾਂ ਕੱਢਣਾ ਹੀ ਪੈਣਾ। ਇਸ ਕੰਮ ਲਈ ਮੇਰੇ ਕੋਲ ਇੱਕ ਬੰਦਾ ਹੈ ਜਿਹੜਾ ਇਹ ਕੰਮ ਨੂੰ ਸਿਰੇ ਲਾ ਸਕਦਾ। ਉਹ ਯਾਰ, ਟੂਲ ਕਿੱਟ ਵੀ ਰੱਖ ਲਈ ਅਤੇ ਨਾਲੇ ਐਕਸਟਰਾ ਆਇਲ ਰੱਖ ਲਾ ਟਰੱਕ ਦਾ, ਠੀਕ ਆ, ਮੈਂ ਆਉਂਦਾ ਫਿਰ, ਆਪਾਂ ਚੱਲਦੇ ਹਾਂ ਓਕਵਿਲ ਨੂੰ। ਠੀਕ ਆ ਬਾਈ। ਬਸ ਕਰ ਭਰਾਵਾ, ਪੜਾਕਾ ਪਵਾਏਗਾ, ਅੱਗੇ ਮੂੰਹ ਉਹੋ ਜਿਹਾ ਤੇਰਾ। ਉਹ ਯਾਰ, ਅੱਜ ਆਪਾਂ ਅਮਨ ਟਰਾਂਸਪੋਰਟ ਵਾਲਿਆਂ ਦੇ ਨਹੀਂ ਜਾਣਾ ਸੀ, ਫਿਰ ਓਕਵਿਲ ਕਿਵੇਂ? ਉਹ ਯਾਰ, ਹੂਜਾ 3 ਮਹੀਨੇ ਬਾਅਦ ਹੱਥ ਲੱਗਾ, ਅੱਜ ਉਹਦੇ ਕੋਲ ਚੈੱਕ ਚੁੱਕਣਾ ਸਾਲੇ ਕੋ। ਇਹ ਚੱਲ ਫਿਰ ਮਾਰ ਸੈਲਫ। ਨਾ ਭਰਾਵਾ, ਜਿਹਦੀ ਵਾਰੀ ਆ ਉਹ ਗੱਡੀ ਚਲਾਊਗਾ। ਚੱਲ ਠੀਕ ਆ, ਮੈਨੂੰ ਵੈਸੇ ਵੀ ਤੇਰੀ ਡਰਾਈਵਿੰਗ 'ਤੇ ਭਰੋਸਾ ਹੈ ਨਹੀਂ ਯਾਰ। ਉਹ ਜਾ, ਤੁਰ ਜਾ, ਤੁਰ ਜਾ। ਬਸ ਬਸ, ਆਹੀ 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 ਘਰ ਆ, ਬਸ 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 ਬਸ। ਤੂੰ ਬੈਠ, ਮੈਂ ਆਉਣਾ ਇੱਕ ਮਿੰਟ। ਠੀਕ ਆ ਬਾਈ। ਉਹ ਤਾਂ ਆਪਣੀ ਗੱਡੀ ਆ।
ਸਿਮਰ। ਸਿਮਰ ਇੱਥੇ ਕੀ ਕਰ ਰਹੀ ਹੈ? Hey, how are you? ਵਧੀਆ ਵਧੀਆ। ਹੋਰ ਸਭ ਵਧੀਆ? ਯਾਰ ਤੁਹਾਨੂੰ ਵੀ ਪਤਾ ਇਟਸ ਨਾਟ ਵਰਕਿੰਗ ਆਊਟ ਬਿਟਵੀਨ ਅਸ। ਕੀ ਫਾਇਦਾ ਆਪਣੇ ਆਪ ਨੂੰ ਰੋਜ਼ ਝੂਠ ਬੋਲ ਕੇ? ਆ ਰੋਜ਼ ਰੋਜ਼ ਥੋੜਾ ਥੋੜਾ ਦੂਰ ਹੋਣ ਨਾਲੋਂ ਚੰਗਾ ਆਪਾਂ ਇੱਕੋ ਵਾਰ ਅੱਡ ਹੋ ਗਿਆ। ਮੈਨੂੰ ਲੱਗਦਾ ਉਹ ਟਾਈਮ ਲੱਗ ਗਿਆ ਹੁਣ। ਇਹ ਮੋੜਨਾ ਕਦੋਂ ਹੈ ਤੇ ਕਿਵੇਂ ਇਹਦੇ ਬਾਰੇ ਸੋਚਿਆ? ਲੈ ਬਈ ਕਢਾ ਲਿਆ ਸਾਰੇ ਕੋ ਚੈੱਕ ਅੱਜ ਆਪਾਂ। ਤੈਨੂੰ ਕੀ ਹੋਇਆ, ਮੂੰਹ ਕਿਉਂ ਲਮਕਾਇਆ, ਕੁੜੀ ਦੱਬ ਕੇ ਆਇਆ? ਕੁਛ ਨੀ ਯਾਰ, ਵੈਸੇ ਬਸ। ਚੱਲ ਫਿਰ ਪਾ ਗੱਡੀ ਮੈਂ ਟਰਾਂਸਪੋਰਟ ਵੱਲੋਂ। ਓਕੇ, ਅੱਜ ਉਹਨਾਂ ਦਾ ਵੀ ਨਿਬੇੜ ਦੀਏ ਕੰਮ। ਚੱਲ ਬਾਈ। ਕੀ ਗੱਲ, ਇੰਨਾ ਖਲਾਰਾ ਪਾਇਆ ਬੈੱਡ ਤੇ? ਉਹ ਯਾਰ ਅਸਲ 'ਚ ਮੈਂ ਕੱਲ੍ਹ ਕਿਤੇ ਜਾਣਾ ਸੀ ਅਤੇ ਮੈਂ ਪੈਕਿੰਗ ਕਰ ਰਿਹਾ ਸੀ। ਵੈਸੇ ਇਹਨੂੰ ਦੇਖ ਕੇ ਲੱਗ ਨਹੀਂ ਰਿਹਾ ਥੋੜ੍ਹੇ ਤੋਂ ਹੋ ਜੂਗੀ। ਹਾਂ, ਤੂੰ ਜਮਾਂ ਸਹੀ ਗਿਆ, ਮੈਨੂੰ ਵੀ ਨਹੀਂ ਲੱਗ ਰਿਹਾ। ਤੂੰ ਕਰਦੇ ਪਲੀਜ਼। ਅੱਛਾ ਜੀ, ਕਰਦੇ ਯਾਰ। ਮੈਂ ਕਿਉਂ ਕਰਾਂ? ਇੱਕ ਤਾਂ ਮੈਂ ਤਾਂ ਹੋਣੀ ਨਹੀਂ, ਦੂਜੀ ਪਲੀਜ਼ ਕਰਦੇ ਯਾਰ ਪਲੀਜ਼। ਓਕੇ ਓਕੇ, ਮੈਂ ਟਰਾਈ ਕਰਦੀ ਹਾਂ। ਓਕੇ, ਬੈਗ ਨਾ ਸਾਈਡ 'ਤੇ ਪਏ, ਠੀਕ ਹੈ? ਉਹ ਨਾਲੇ ਸੱਚ ਕਲਾ ਆਉਣਾ ਨਾ ਭੁੱਲ ਜਾਈ। ਬਾਈ ਜੀ, ਜੋ ਗੱਡੀ ਕੋ ਖੜਾ ਨਾ ਉਹੀ ਦਿਲਾਵਰ ਆ। ਤੈਨੂੰ ਲੱਗਦਾ ਸਿਰੇ ਚਾੜ ਦੂ ਕੰਮ? ਬਾਈ ਜੀ, ਰੰਧਾਵੇ ਦਾ ਕੰਡਾ ਕੱਢਣ ਨੂੰ ਆਪਾਂ ਨੂੰ ਇਸ ਤੋਂ ਵਧੀਆ ਬੰਦਾ ਨਹੀਂ ਲੱਭਣਾ। ਇਹ ਕਈ ਕਤਲ ਕਰਨ ਤੋਂ ਬਾਅਦ ਵੀ ਜੇਲ੍ਹ ਦੇ ਵਿੱਚ ਜ਼ਿਆਦਾ ਟਾਈਮ ਟਿਕ ਨਹੀਂ ਸਕਿਆ। ਜਦੋਂ ਇਹਨੇ ਰਹਿਣਾ ਹੀ ਜੇਲ੍ਹ 'ਚ ਅਤੇ ਇੱਕ ਅੱਧਾ ਕਤਲ ਇਹਦੇ ਲਈ ਕੋਈ ਮਾਇਨੇ ਨਹੀਂ ਰੱਖਦਾ। ਚਲੋ ਪਤਾ ਲੱਗ ਜਾਊ ਕਿਹੜੇ ਭਾਅ ਵਿਕਦੀ ਆ। ਕੱਲ੍ਹ ਤੋਂ ਵਧੀਆ ਟਾਈਮ ਤੈਨੂੰ ਦੁਬਾਰੇ ਨਹੀਂ ਮਿਲਣਾ। 12 ਵਜੇ ਤੋਂ ਬਾਅਦ ਸਭ ਤੋਂ ਸਹੀ ਟਾਈਮ ਹੋਊਗਾ ਤੈਨੂੰ ਆਪਣਾ ਕੰਮ ਕਰਨ ਲਈ। ਇਹ ਤਾਂ ਨਹੀਂ ਮੈਟਰ ਕਰਦਾ ਵੀ ਮਰਡਰ ਸਾਇਲੈਂਟ ਹੋਵੇ ਜਾਂ ਲਾਊਡ, ਜਿੱਦਾਂ ਵੀ ਹੋਵੇ, ਪਰ ਇੱਕ ਗੱਲ ਯਾਦ ਰੱਖੀ, ਜੇ ਤੂੰ ਫੜਿਆ ਗਿਆ ਨਾ ਉਸ ਤੋਂ ਬਾਅਦ ਅਸੀਂ ਤੈਨੂੰ ਨਹੀਂ ਜਾਣਦੇ ਅਤੇ ਤੂੰ ਸਾਨੂੰ ਨਹੀਂ ਜਾਣਦਾ। ਬਾਈ, ਚੋਰ ਉਹ ਜਿਹੜਾ ਫੜਿਆ ਗਿਆ, ਬਾਕੀ ਮੇਰੀ ਜ਼ਬਾਨ ਤਾਂ ਨੋਟਾਂ ਨਾਲੇ ਬੰਦ ਹੋਊਗੀ। ਬਾਕੀ ਤਾਂ ਤੈਨੂੰ ਕੰਮ ਹੋਣ ਤੋਂ ਬਾਅਦ ਆਪੇ ਮਿਲ ਜਾਣਗੇ। ਸਮਝੋ ਕੰਮ ਹੋ ਗਿਆ।
ਹੁਣ ਮੂੰਹ ਲਟਕਾਉਣ ਦਾ ਕੋਈ ਫਾਇਦਾ ਨਹੀਂ, ਜੋ ਹੋਣਾ ਸੀ ਉਹ ਹੋ ਗਿਆ। ਅਖੇ ਜੋ ਹੋਣਾ ਸੀ ਹੋ ਗਿਆ, ਹੁਣ ਹੋਰ ਤੂੰ ਕਰ ਵੀ ਕੀ ਸਕਦਾ। ਧੱਕੇ ਨਾਲ ਤਾਂ ਜਨਾਨੀ ਰੱਖਣ ਤੋਂ ਰਿਹਾ ਹੁਣ ਤੂੰ, ਨਾਲੇ ਧੱਕੇ ਨਾਲ ਦਿਲ ਨਹੀਂ ਜਿੱਤੇ ਜਾਂਦੇ ਹੁੰਦੇ। ਉਹ ਬਾਈ ਆਹ ਗੱਲ ਸਾਲੀ ਦਿਲ ਦੀ ਨਹੀਂ, ਇਹ ਸਾਰਾ ਰੌਲਾ ਪੈਸਿਆਂ ਦਾ, ਪੈਸਿਆਂ ਦਾ ਬਾਈ। ਮੈਨੂੰ ਲੱਗਦਾ ਤੇਰੇ ਕੋਲ ਦੋ ਹੀ ਚਾਰੇ ਆ ਹੁਣ, ਪਹਿਲਾਂ ਇਹ ਪਿਆਰ ਨਾਲ ਗੱਲ ਕਰਕੇ ਦੇਖ ਜੇ ਕੋਈ ਸਲਿਊਸ਼ਨ ਨਿਕਲਦਾ ਤਾਂ, ਅਤੇ ਦੂਜਾ ਦੂਜਾ ਕੋਈ ਚੰਗਾ ਜਿਹਾ ਵਕੀਲ ਦੇਖ ਕੇ ਮਿਊਚੁਅਲ ਅੰਡਰਸਟੈਂਡਿੰਗ ਨਾਲ ਡਿਵੋਰਸ ਦੇ ਦੇ। ਮੈਨੂੰ ਤਾਂ ਲੱਗਿਆ ਸੀ ਕਹੇਗਾ ਆਪਾਂ ਸਾਲੇ ਦੀਆਂ ਲੱਤਾਂ ਤੋੜਦੇ ਹਾਂ, ਲੱਗਦਾ ਡਿਵੋਰਸ ਦਾ। ਯਾਰ ਕਾਲਜ ਟਾਈਮ ਤੋਂ ਤੇਰੇ ਨਾਲ ਹੀ ਖੜ੍ਹਦੇ ਆਏ ਹਾਂ, ਹੁਣ ਵੀ ਖੜ੍ਹੇ ਹਾਂ, ਹੁਣ ਕ੍ਰਿਮੀਨਲ ਰੈਕਟ ਪਵਾ ਲਈਏ, ਠੰਡੇ ਦਿਮਾਗ ਨਾਲ ਸੋਚ। ਹੁਣ ਜਦ ਮੁਰਗੀ ਆਪ ਗੁਆਂਢੀਆਂ ਦੇ ਘਰੇ ਜਾ ਕੇ ਅੰਡੇ ਦਿੰਦੀ, ਆਪਾਂ ਕਰ ਵੀ ਕੀ ਸਕਦੇ ਹਾਂ, ਨਾ ਮੁਰਗੀ ਮਾਰ ਸਕਦੇ ਹਾਂ ਨਾ ਗੁਆਂਢੀ। ਉਹ ਠੀਕ ਆ ਤੂੰ ਭਰਾਵਾ, ਇਹੋ ਜਿਹਾ ਕੀ ਕਹਿਤਾ ਮੈਂ। ਉਹ ਜਿਵੇਂ ਥੋੜ੍ਹਾ ਚਿਰ ਪਹਿਲਾਂ ਆਪਣੇ ਕੋਲੇ ਦੋ ਚਾਰੇ ਸੀ, ਹੁਣ ਇਹ ਸਮਝ ਆਪਣੇ ਕੋਲੇ ਤੀਜਾ ਵੀ ਹੈ। ਕੀ ਮਤਲਬ ਤੇਰਾ ਮੈਂ ਸਮਝਿਆ ਨਹੀਂ, ਪਰ ਨਾ ਆਪਾਂ ਗੁਆਂਢੀ ਮਾਰ ਸਕਦੇ ਹਾਂ ਨਾ ਆਪਾਂ ਮੁਰਗੀ, ਪਰ ਆਪਾਂ ਗੁਆਂਢੀਆਂ ਨੂੰ ਕੁੱਟ ਤਾਂ ਸਕਦੇ ਹਾਂ, ਸਾਲੀ ਦਿਲ ਨੂੰ ਤਸੱਲੀ ਤਾਂ ਹੋਊ। ਲੈ ਹੈ ਕਮਲਾ ਚੜ੍ਹ ਗਈ ਸਾਲੇ ਨੂੰ, ਚੱਲ ਮੈਂ ਚੱਲਦਾ, ਖਿਆਲ ਰੱਖੀ ਆਪਣਾ। ਹੁਣ ਜਦ ਮੁਰਗੀ ਆਪ ਗੁਆਂਢੀਆਂ ਦੇ ਘਰੇ ਜਾ ਕੇ ਅੰਡੇ ਦਿੰਦੀ, ਆਪਾਂ ਕਰ ਵੀ ਕੀ ਸਕਦੇ ਹਾਂ, ਨਾ ਮੁਰਗੀ ਮਾਰ ਸਕਦੇ ਹਾਂ ਨਾ ਗੁਆਂਢੀ, ਪਰ ਆਪਾਂ ਗੁਆਂਢੀਆਂ ਨੂੰ ਕੁੱਟ ਤਾਂ ਸਕਦੇ ਹਾਂ। ਇਟਸ ਨਾਟ ਵਰਕਿੰਗ ਆਊਟ ਬਿਟਵੀਨ ਅਸ, ਆ ਰੋਜ਼ ਰੋਜ਼ ਥੋੜਾ ਥੋੜਾ ਤੂੰ ਬੋਲਣਾ ਲੱਗ ਚੁੱਕਾ, ਮੈਂ ਇੱਕੋ ਵਾਰ ਆ ਗਈ। ਹੈਲੋ ਸਰ, ਦਿਸ ਇਜ਼ ਅਲੀ ਫਰੋਮ ਏਅਰ ਡਕਟ ਕਲੀਨਿੰਗ। ਤੇਰੇ ਫੇਟੇ ਹੋ ਜੇ ਮੈਂ ਸਾਰੇ ਜਿੰਨੇ ਕੰਮ ਆ ਚੱਲਦਾ ਆ ਹੀ ਚੜਦੇ ਸੁਣ ਨੂੰ ਯਾਰ, ਤੁਹਾਨੂੰ ਵੀ ਪਤਾ ਕੀ ਫਾਇਦਾ ਆਪਣੇ ਆਪ ਨੂੰ ਰੋਜ਼ ਝੂਠ ਬੋਲ ਕੇ। ਹੈਲੋ ਸਰ, ਦਿਸ ਇਜ਼ ਅਲੀ ਫਰੋਮ ਏਅਰ ਡਕਟ ਕਲੀਨਿੰਗ। ਤੇਰੇ ਫੇਟੇ ਹੋ ਜੇ ਮੈਂ ਸਾਰੇ ਜਿੰਨੇ ਕੰਮ ਆ ਚੱਲਦਾ ਆ ਹੀ ਚੜਦੇ ਸੁਣ ਨੂੰ ਯਾਰ, ਤੁਹਾਨੂੰ ਵੀ ਪਤਾ ਕੀ ਫਾਇਦਾ ਆਪਣੇ ਆਪ ਨੂੰ। Hello sir, this is Ali from Air Duct Cleaning. Sir, we have a very special offer for you. ਇਹਦਾ ਕਿੱਥੋਂ ਫੋਨ ਆ ਗਿਆ ਜੀ? ਹੈਲੋ, ਹਾਂ ਵੀ ਉਸਤਾਦ, ਅੱਜ ਛੁੱਟੀ ਵਾਲੇ ਦਿਨ ਕਿੱਥੋਂ ਯਾਦ ਕਰ ਲਿਆ? ਉਹ ਆਪਾਂ ਨੂੰ ਵੈਨ ਚਾਹੀਦੀ ਸੀ, ਆਪਾਂ ਫਰਨੀਚਰ ਜਿਹਾ ਲੈ ਕੇ ਆਉਣਾ ਸੀ। ਹਾਂ ਲੈ ਜਾ ਲੈ ਜਾ, ਅੱਜ ਤੇ ਵਿਹਲੀ ਖੜੀ ਆ ਸ਼ਾਪ ਤੇ, ਤੇ ਚਾਬੀਆਂ ਵੀਰੇ ਵੈਨ ਦੀਆਂ ਕਿੱਥੇ ਹੋਣਗੀਆਂ? ਚਾਬੀ ਉੱਥੇ ਹੀ ਆ ਉਸੇ ਟਿਕਾਣੇ ਤੇ, ਤੈਨੂੰ ਪਤਾ ਹੀ ਆ। ਓਕੇ ਓਕੇ, ਥੈਂਕ ਯੂ ਵੀਰੇ। ਨੋ ਪ੍ਰੋਬਲਮ, ਬਾਏ। ਉਹ ਕੀ ਹੋਇਆ, ਬੜੀ ਟੈਨਸ਼ਨ 'ਚ ਲੱਗ ਰਹੀ ਹੈ। ਕੁਛ ਨਹੀਂ, ਬਸ ਉਦਾਂ ਕੁਛ ਸੋਚ ਰਹੀ ਸੀ ਆਪਣੇ ਬਾਰੇ। ਚੱਲ
ਦੇਖ ਲੈ ਮਰਜ਼ੀ ਆ ਤੇਰੀ, ਜੇ ਨਹੀਂ ਦੱਸਣਾ ਨਾ ਦੱਸ। ਇੱਕ ਮਿੰਟ ਹੋਲਡ ਕਰੀ। ਹਾਈ, ਹਾਊ ਕੈਨ ਆਈ ਹੈਲਪ ਯੂ? ਹੈਲੋ, ਆਈ ਐਮ ਹੇਅਰ ਫਾਰ ਏ ਡਕਟ ਕਲੀਨਿੰਗ, ਵੀ ਹੈਵ ਐਨ ਅਪਾਇੰਟਮੈਂਟ ਟੁਡੇ। ਆਈ ਥਿੰਕ ਯੂ ਆਰ ਦ ਰੋਂਗ ਐਡਰੈਸ। ਬਟ ਸਰ, ਇਟ ਸ਼ੋਜ਼ ਇਨ ਆਵਰ ਸਿਸਟਮ ਯੂ ਬੁੱਕਡ ਐਨ ਅਪਾਇੰਟਮੈਂਟ। ਨੋ, ਥੈਂਕ ਯੂ। ਬਟ ਸਰ, ਪਲੀਜ਼। ਲੈਟ ਮੀ ਕਾਲ ਯੂ ਬੈਕ। Literally, I told you, man, you're at the wrong place. We don't have any appointment. No. No, sir. No. Is that your car? It's in my way. Where? Where?
ਹੈਲੋ ਹੈਲੋ ਸਰ ਥਿਸ ਇਜ਼ ਅਲੀ ਫਰਮ ਏਅਰ ਡਕਟ ਕਲੀਨਿੰਗ ਸਰ ਵੀ ਹੈਵ ਅ ਵੈਰੀ ਸਪੈਸ਼ਲ ਆਫਰ ਫੋਰ ਯੂ ਫੋਰ ਗਟ ਨੋ ਸਰ ਬਟ ਲਿਸਨ ਟੂ ਫੋਰ ਗਟ ਸਰ ਪਲੀਜ਼ ਫੋਰ ਗਟ ਸਾਲਾ ਏਅਰ ਡਕਟ ਦਾ Thank you.
ਹਾਂ ਬਈ, ਸੁਣਾ ਕੋਈ ਖੁਸ਼ਖਬਰੀ। ਗੁੱਡ ਨਿਊਜ਼ ਨਹੀਂ, ਬੈਡ ਨਿਊਜ਼ ਹੈ। ਹੈ? ਕੀ ਮਤਲਬ? ਉਹ ਬਾਹਰ ਨਹੀਂ ਆਇਆ ਤੇ ਮੈਨੂੰ ਲੱਗਦਾ ਰੰਧਾਵਾ ਘਰੇ ਹੈ ਹੀ ਨਹੀਂ। ਜੇ ਰੰਧਾਵਾ ਘਰੋਂ ਨਿਕਲਿਆ ਨਹੀਂ ਤੇ ਘਰੇ ਵੀ ਨਹੀਂ ਤਾਂ ਰੰਧਾਵਾ ਗਿਆ ਕਿੱਥੇ? ਇਹ ਤਾਂ ਰੰਧਾਵਾ ਹੀ ਦੱਸ ਸਕਦਾ। ਤੇਰੀ ਸਹੇਲੀ ਦਾ ਖਸਮ ਭੂਤਨੀ ਦਿਆ? ਮਤਲਬ ਸਿਮਰ ਦਾ? ਸਹੀ ਪਛਾਣਿਆ, ਥੋੜੀ ਦੇਰ ਨਾਲ ਹੀ ਸਹੀ। ਉਹ ਮੈਨੂੰ ਪਿਆਰ ਕਰਦੀ ਹੈ, ਜੇ ਉਹ ਤੇਰੇ ਨਾਲ ਕੁਛ ਨਹੀਂ ਤੇ ਇਹਦੇ ਚ ਮੇਰਾ ਕੀ ਕਸੂਰ? ਕਸੂਰ? ਪਹਿਲਾ ਕਸੂਰ ਵਿਆਹੀ ਵਰੀ ਜਨਾਨੀ ਤੇ ਅੱਖ ਰੱਖਣਾ, ਦੂਜਾ ਕਸੂਰ ਕਿਸੇ ਦਾ ਹੱਸਦਾ ਵੱਸਦਾ ਘਰ ਉਜਾੜਨਾ, ਤੀਜਾ ਕਸੂਰ ਪੈਸੇ ਦੀ ਤੌਂਸ ਦਿਖਾ ਕੇ ਉਹਨੂੰ ਪਿਆਰ ਦਾ ਨਾਮ ਦੇਣਾ, ਚੌਥਾ ਮੈਨੂੰ ਆਹ ਇਲੀਗਲ ਕੰਮ ਕਰਨਾ ਪਿਆ, ਤੇ ਪੰਜਵਾਂ ਹੁਣ ਤੇਰੇ ਕਰਕੇ ਮੇਰੀ ਜ਼ਿੰਦਗੀ ਖਰਾਬ ਹੋ ਗਈ। ਭੂਤਨੀ ਦਿਆ, ਪਿਆਰ ਤੂੰ ਮੇਰੀ ਘਰਵਾਲੀ ਨੂੰ ਕਰਦਾ ਤੇ ਆਹ ਬਟੂਏ 'ਚ ਫੋਟੋ ਕਿਸੇ ਹੋਰ ਦੀ ਚੱਕੀ ਫਿਰਦਾ, ਕੌਣ ਆ ਇਹ? ਉਹ ਵਾਈਫ ਸੀ ਮੇਰੀ, 2 ਸਾਲ ਪਹਿਲਾਂ ਕੈਂਸਰ ਨਾਲ। ਸਾਲਿਆ, ਆਪਦੀ ਤੂੰ ਰੱਬ ਕੋਲੇ ਭੇਜਤੀ ਤੇ ਹੁਣ ਦੂਜਿਆਂ ਦੀ ਤੇ ਅੱਖ ਰੱਖੇਗਾ? ਸਾਲਾ ਦੱਲਾ ਕਿਸੇ ਥਾਂ ਦਾ। ਓਇਆ ਕਾਰਡ ਤਾਂ ਤੂੰ ਸਾਰੇ ਬੈਂਕਾਂ ਦੇ ਚੱਕੀ ਫਿਰਦਾ ਹੈ, ਪੈਸੇ ਪੂਸੇ ਵੀ ਹੈਗੇ ਆ ਵਿੱਚ ਕਿ ਨਹੀਂ? ਦੱਸ ਦੱਸ ਤੈਨੂੰ ਕਿੰਨੇ ਚਾਹੀਦੇ, ਬਸ ਮੈਨੂੰ ਜਾ ਲੈਣ ਦੇ ਸਾਰੇ। ਪਿੰਨ ਕੀ ਹੈ ਇਹਦਾ? ਲੱਗਦਾ ਕਸੁੰਨ ਖਾਧੇ ਬਿਨਾ ਤੂੰ ਕੁਛ ਨਹੀਂ ਦੱਸਦਾ। 2835। ਹੁਣ ਵੀ ਤਾਂ ਦੱਸਿਆ ਹੀ ਹੈ। ਚੱਲ ਠੀਕ ਹੈ, ਮਿਲਦੇ ਹਾਂ।
ਤੈਨੂੰ ਕੀ ਲੱਗਦਾ ਤੂੰ ਬਚ ਜਾਏਗਾ? ਤੂੰ ਜਾਣਦਾ ਨਹੀਂ ਮੈਂ ਕੌਣ ਆ। ਜੇ ਮੈਂ ਆਪ ਛੁੱਟ ਗਿਆ ਜਾਂ ਮੈਨੂੰ ਪੁਲਿਸ ਨੇ ਲੱਭ ਲਿਆ ਤਾਂ ਤੇਰੀ ਖੈਰ ਨਹੀਂ, ਤੈਨੂੰ ਭੱਜਣ ਨੂੰ ਧਰਤੀ ਨਹੀਂ ਮਿਲੂਗੀ। ਹਜੇ ਵੀ ਸੋਚ ਲੈ। ਕਹਿ ਤਾਂ ਸਾਲਾ ਇਹ ਵੀ ਠੀਕ ਰਿਹਾ, ਮੈਂ ਜਾਊਂ ਕਿੱਥੇ? ਜੇ ਪੁਲਿਸ ਨੂੰ ਪਤਾ ਲੱਗ ਗਿਆ ਮੈਂ ਤਾਂ ਜੇਲ੍ਹ 'ਚ ਪੱਕਾ ਹੀ ਗਿਆ ਸਮਝ। ਕੋਈ ਨਾ ਕੋਈ ਜੁਗਾੜ ਕਰਨਾ ਪੈਣਾ, ਉੱਤੋਂ ਸਾਲਾ ਇਹ ਡਰਾਈ ਜਾਂਦਾ। ਮੈਨੂੰ ਲੱਗਦਾ ਮੈਨੂੰ ਇੱਥੋਂ ਨਿਕਲ ਜਾਣਾ ਚਾਹੀਦਾ, ਪਰ ਮੈਂ ਜਾਊਂ ਕਿੱਥੇ? ਇੰਡੀਆ ਠੀਕ ਰਹੋ। ਜੇ ਮੈਨੂੰ ਆਥਣ ਤੱਕ $1 million ਨਾ ਮਿਲਿਆ ਤਾਂ ਤੁਹਾਡੀ ਸਬੂਤਾਂ ਨਾਲ ਭਰੀ ਹੋਈ ਫਾਈਲ ਪੁਲਿਸ ਕੋਲੇ ਪਹੁੰਚ ਜੂਗੀ। ਜੇ ਇਹ ਫਾਈਲ ਪੁਲਿਸ ਕੋਲੇ ਪਹੁੰਚ ਗਈ ਤਾਂ ਤੁਹਾਡਾ ਤਾਂ ਜੇਲ੍ਹ ਜਾਣਾ ਪੱਕਾ ਹੀ ਆ। ਪਰ ਪੈਸੇ ਪਹੁੰਚਾਉਣੇ ਕਿੱਥੇ ਆ? ਪੈਸੇ ਕਦੋਂ ਤੇ ਕਿੱਥੇ ਪਹੁੰਚਾਉਣੇ ਨੇ ਇਹ ਮੈਂ ਤੁਹਾਨੂੰ ਆਪੇ ਦੁਬਾਰੇ ਫੋਨ ਕਰਕੇ ਦੱਸੂਗਾ। ਪਰ ਹੈਲੋ, ਪਰ ਪਤਾ ਕਰ, ਪਤਾ ਕਰਕੇ ਸ਼ੇਰ ਦੇ ਮੂੰਹ 'ਚ ਹੱਥ ਪਾਉਣ ਵਾਲੀ ਜ਼ਰੂਰਤ ਕਰਨ ਵਾਲਾ ਹੈ ਕੌਣ? ਬਾਈ ਜੀ, ਇਹਦੀ ਆਵਾਜ਼ ਕੁਛ ਅੱਡ ਜਿਹੀ ਹੋਈ ਲੱਗਦੀ ਆ। ਮੈਂ ਕਰਦਾ ਪਤਾ। ਯਾਰ ਉਹਦਾ ਵੀ ਸਾਲੇ ਦਾ ਸੋਚਣਾ ਪੈਣਾ ਵੀ ਕੀ ਕਰਾਂ। ਗੁੱਸੇ 'ਚ ਫੜ ਕੇ ਤਾਂ ਲੈ ਆਉਂਦਾ, ਪਰ ਇਹ ਨਹੀਂ ਸੋਚਿਆ ਅੱਗੇ ਇਹਦਾ ਕੀ ਕਰਨਾ। ਜੇ ਸਾਲੇ ਨੂੰ ਛੱਡਿਆ ਤਾਂ ਪੁਲਿਸ ਕੋਲ, ਅਤੇ ਜੇ ਨਾ ਛੱਡਿਆ ਤਾਂ ਪੁਲਿਸ ਮੇਰੇ ਕੋਲ। ਇਸ ਤੋਂ ਪਹਿਲਾਂ ਇਹ ਗੱਲ ਬਾਹਰ ਨਿਕਲੇ ਹੁਣੇ ਰਹਿੰਦੀਆਂ ਅਕਾਊਂਟ ਦੀਆਂ ਪੇਮੈਂਟਾਂ ਕਰਕੇ ਇੰਡੀਆ ਨਿਕਲ ਜਾਣਾ। ਬਾਅਦ ਦੀ ਬਾਅਦ 'ਚ ਦੇਖਾਂਗੇ। ਚੱਲ ਭਰਾ ਨੂੰ ਫੋਨ ਲਾ ਕੇ ਦੇਖਦਾ। ਟੈਨਸ਼ਨਾਂ ਜ਼ਿੰਦਗੀ 'ਚ ਚੱਲਦੀਆਂ ਰਹਿੰਦੀਆਂ ਨੇ, ਕੋਈ ਨਾ ਕੁਛ ਰਿਸ਼ਤੇ ਸੰਜੋਗਾਂ 'ਚ ਨਿਭਣ ਵਾਲੇ ਨਹੀਂ ਹੁੰਦੇ, ਤੂੰ ਫਿਕਰ ਨਾ ਕਰ। ਪਰ ਬਈ, ਗੱਲ ਸਾਲੀ ਦਿਮਾਗ 'ਚੋਂ ਨਿਕਲਦੀ ਨਹੀਂ। ਸਮਝ ਨਹੀਂ ਆ ਰਿਹਾ ਵੀ ਹੁਣ ਕੀ ਕਰਾਂ। ਆ ਯਾਰ, ਕੈਨੇਡਾ ਦੇ ਚੱਕਰ 'ਚ ਨਾ ਵਿਆਹ ਮਹਿੰਗਾ ਪੈ ਗਿਆ। ਤੂੰ ਇੱਕ ਕੰਮ ਕਰ, ਤੂੰ ਇੰਡੀਆ ਆ ਜਾ, ਇੱਥੇ ਆ ਕੇ ਕੋਈ ਕੰਮ ਕਰ ਤੋਰ ਲੈ, ਨਾਲੇ ਇਹਦੇ ਕੋਲੋਂ ਦੂਰ ਹੋ ਜਾਏਗਾ। ਬਾਕੀ ਕੈਨੇਡਾ ਦਾ ਝੂਟਾ ਤਾਂ ਲੈ ਕੇ ਦੇਖ ਲਿਆ ਤੈਂ। ਗੱਲ ਤਾਂ ਤੇਰੀ ਠੀਕ ਆ ਬਾਈ, ਚੱਲ ਮੈਂ ਕਰਦਾ ਟਿਕਟ ਦਾ ਪਤਾ। ਚੱਲ ਪਤਾ ਕਰਕੇ ਦੱਸੀ। ਓਕੇ ਬਾਈ। ਠੀਕ ਆ। ਓਕੇ। ਹੈਲੋ। ਹੈਲੋ, ਗਰੇਵਾਲ ਟਰੈਵਲਸ? ਹਾਂਜੀ। ਵਾਹ ਉਹ ਤੇਰੇ, ਅੱਜ ਤਾਂ ਬੜਾ ਬੱਗ ਬੱਗ ਹੋਇਆ ਫਿਰਦਾ, ਕੀ ਗੱਲ ਸੁਲਝ ਗਿਆ ਮੈਟਰ? ਦਰਅਸਲ ਮੈਂ ਇੰਡੀਆ ਜਾਣ ਬਾਰੇ ਸੋਚ ਰਿਹਾ। ਤੈਨੂੰ ਪਤਾ ਹੀ ਆ, ਪਿੰਡ ਬਾਰੇ ਸੋਚ ਕੇ ਮਨ ਬਾਗੋ ਬਾਗ ਹੋ ਜਾਂਦਾ। ਆਹੋ ਵਧੀਆ, ਨਾਲੇ ਥੋੜ੍ਹਾ ਦਿਮਾਗ ਠੰਡਾ ਰਹੂ ਤੇਰਾ, ਨਾਲੇ ਸਟ੍ਰੈਸ ਤੋਂ ਦੂਰ। ਕਿੰਨੇ ਟਾਈਮ ਵਾਸਤੇ ਚੱਲਿਆ? ਉਹ ਪੱਕੇ ਤੌਰ 'ਤੇ ਨੀ ਬਰੈਂਪਟਨ ਵਾਲੀਏ,
ਹੁਣ ਨਹੀਂ ਮੁੜਦੇ ਯਾਰ। ਉਹ ਭਰਾਵਾ ਇੱਥੇ ਆਉਣ ਨੂੰ ਲੋਕ ਲੱਖਾਂ ਰੁਪਏ ਚੱਕੀ ਫਿਰਦੇ ਆ, ਤੂੰ ਮੁੜ ਨੂੰ ਫਿਰਦਾ। ਯਾਰ ਮੈਨੂੰ ਲੱਗਦਾ ਕਿ ਮੈਂ ਕੈਨੇਡਾ ਨਾਲੋਂ ਜ਼ਿਆਦਾ ਇੰਡੀਆ 'ਚ ਖੁਸ਼ ਰਹੂੰਗਾ। ਉੱਥੇ ਛੋਟਾ ਮੋਟਾ ਕੋਈ ਬਿਜ਼ਨਸ ਕਰ ਲਾਂਗੇ, ਆਈ ਤੋਰੀ ਫੁਲਕਾ ਚੱਲੀ ਜਾਊਗਾ। ਮੈਂ ਤਾਂ ਤੈਨੂੰ ਕਹਿਣਾ ਬਾਈ ਤੂੰ ਵੀ ਚੱਲ। ਲੈ ਇੰਡੀਆ 'ਚ ਕੀ ਰੱਖਿਆ, ਉਹੀ ਸਾਲਾ ਰੰਡੀ ਰੋਣਾ। ਅੱਛਾ ਨਾ, ਤੇਰੇ ਤਾਂ ਬੜੇ ਝੰਡੇ ਝੂਲਦੇ ਆ ਕੈਨੇਡਾ 'ਚ, ਤੇਰੇ ਵਰਗਾ ਚਵਲ 4 ਸਾਲ ਕੈਨੇਡਾ ਲਾ ਕੇ ਨਾ ਇੰਡੀਆ ਨੂੰ ਫੁੱਦੂ ਦੱਸਣ ਲੱਗ ਜਾਂਦਾ। ਅਸੀਂ ਇੰਡੀਆ 'ਚ ਕੀ ਹੈ, ਓਏ ਉੱਥੇ ਆਪਣੇ ਲੋਕ ਆ, ਆਪਣੀ ਬੋਲੀ ਆ, ਆਪਣੇ ਗੁਰੂਆਂ ਪੀਰਾਂ ਦੀ ਧਰਤੀ ਆ। ਇੱਥੇ ਕੀ ਆ, ਬੰਦਾ ਮਰ ਜੇ ਸੰਸਕਾਰ ਵਾਸਤੇ ਅਪੁਆਇੰਟਮੈਂਟ ਲੈਣੀ ਪੈਂਦੀ ਆ, ਅਤੇ ਫਿਰ ਤੇਰੇ ਵਰਗਾ ਬੰਦਾ ਹੀ ਕਹਿੰਦਾ ਹੁੰਦਾ ਆਖੇ ਜੀ ਵੀਕ ਡੇਜ਼ ਤਾਂ ਸਾਡਾ ਕੰਮ ਆ ਅਤੇ ਵੀਕਐਂਡ 'ਤੇ ਅਸੀਂ ਆਵਾਂਗੇ ਅਫਸੋਸ ਕਰਨ। ਜਿੱਦਾਂ ਤੂੰ ਮਰਿਆ ਨਾ ਤਾਂ ਬਾਈ ਇੰਡੀਆ ਮਰ ਕੇ ਦੇਖੀ, ਜੇ ਨਾ ਤੈਨੂੰ 2 ਵਜੇ ਦੇ ਨੂੰ ਲੱਕੜਾਂ 'ਤੇ ਪਾਤਾ, ਜੇ ਬੁੜਾ ਹੋ ਕੇ ਮਰਿਆ ਤਾਂ ਜਲੇਬੀਆਂ ਹੋਰ ਖਵਾਉਂਦੇ ਆ। ਚੱਲ ਮਰਨ ਵਾਲੀ ਗੱਲ ਤਾਂ ਤੇਰੀ ਮੰਨੀ, ਜਿਉਂਦੇ ਜੀ ਤਾਂ ਸਹੂਲਤਾਂ ਮਿਲਦੀਆਂ ਨੇ ਇੱਥੇ ਸਾਰੀਆਂ, ਆਪਣੇ ਅੱਜ ਪੈਰਾਂ 'ਤੇ ਖੜੇ ਹਾਂ। ਸਹੂਲਤਾਂ ਛਿੱਕੂ ਦੀਆਂ ਸਹੂਲਤਾਂ, ਜੇ ਤੇਰੇ ਅੱਜ ਅਪੈਂਡਿਕਸ ਦਾ ਦਰਦ ਉੱਠ ਖੜੇ ਨਾ ਤਾਂ ਦੇਖ ਲਈ ਤੈਨੂੰ ਕਿੰਨਾ ਛੇਤੀ ਸਾਂਭਦੇ ਆ, ਘੰਟੇ ਘੰਟੇ ਵੇਟ ਕਰਨੀ ਪੈਂਦੀ ਆ ਐਮਰਜੈਂਸੀ 'ਚ ਵੀ। ਅਤੇ ਆਹੀ ਜੇ ਇੰਡੀਆ ਹੋਵੇ, ਪੈਸੇ ਸਿੱਟ ਅਤੇ ਨਾਲ ਦੀ ਨਾਲ ਓਪਰੇਸ਼ਨ ਕਰ ਦੇਣਗੇ, ਅਤੇ ਮੰਨਿਆ ਕਿ ਪੈਰਾਂ 'ਤੇ ਖੜਾ ਕਰ ਦਿੰਦਾ ਕੈਨੇਡਾ, ਪਰ ਇਹ ਕੋਈ ਨਹੀਂ ਦੱਸਦਾ ਕਿ ਇਹ ਬੰਦੇ ਦੇ ਸੁਪਨਿਆਂ ਨੂੰ ਵੀ ਮਾਰ ਦਿੰਦਾ। ਨਾਲੇ ਐਸ਼ ਕਰਨ ਦੀ ਉਮਰ ਕੰਮਾਂ ਕਾਰਾਂ 'ਚ ਲੰਘ ਜਾਂਦੀ ਆ, ਅਤੇ ਜਦੋਂ ਨੂੰ ਪੈਸਾ ਆਉਂਦਾ ਬੰਦੇ ਕੋਲ ਉਦੋਂ ਨੂੰ ਲੱਤਾਂ ਕਵਰਾਂ 'ਚ। ਤੇਰੇ ਤੋਂ ਜਿੱਤਣਾ ਔਖਾ ਭਰਾਵਾ, ਮੰਨਿਆ ਸਾਡਾ ਭਾਰਤ ਮਹਾਨ। ਚੱਲ ਮੈਂ ਚੱਲਦਾ ਭਰਾਵਾ, ਓਕੇ। ਉਹ ਆ ਤਾਂ ਪੀ ਜਾਂਦਾ, ਔਖਾ ਇਹਦਾ ਵੀ। Those files I sent you, I hope they get there on time. And if there's anything else that you need, just let me know. Okay, I'll catch you later. Hey, what's up? Morning, sir. Morning. I see you got my message. Sir. We need you to investigate the case of Harry Randhawa. Sir. He's been missing for over 24 hours, and his family doubts about his well-being. Yeah, of course. But
This is a normal missing case. Why do we need a special investigation on this? He has all the information that we need to catch the big fishes in the pond. Plus, we need to figure it out before the case goes to media. Got it, sir. I'm on it. Okay. Thank you. All right. I hope to see you soon. Sure. ਓਏ ਆ ਗਿਆ ਬਾਈ, ਆ ਗਿਆ, ਇੱਕ ਮਿੰਟ। ਉਹ ਆ ਜਾ, ਬਹਿ ਜਾ ਹੁਣ। ਨਹੀਂ ਬਾਈ, ਮੈਥੋਂ ਅੱਜ ਕੰਮ 'ਤੇ ਜਾ ਨਹੀਂ ਹੋਣਾ, ਨਾਲੇ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ। ਅਤੇ ਅੱਜ ਮੇਰਾ ਐਵੇਂ ਕਿਹੜਾ ਲਵਾਇਆ, ਫੋਨ 'ਤੇ ਦੱਸ ਦਿੰਦਾ। ਦੱਸ ਛੇਤੀ ਦੱਸ, ਕੀ ਗੱਲ ਕਰਨੀ ਹੈ? ਦਰਅਸਲ ਮੈਂ ਇੰਡੀਆ ਜਾਣਾ, ਘਰ ਬਾਪੂ ਬਿਮਾਰ ਆ ਯਾਰ। ਸੱਚੀ? ਕਦੋਂ ਜਾਣਾ? ਬਸ ਬਾਈ, ਮੈਂ ਟਿਕਟ ਲੱਭ ਰਿਹਾ, ਜਦੋਂ ਹੀ ਮਿਲ ਗਈ ਉਦੋਂ ਹੀ। ਚੱਲ ਕੋਈ ਨਾ, ਮੇਰੀ ਜਾਨ ਨੂੰ ਤਾਂ ਪੈ ਗਿਆ ਨਾ ਸਿਆਪੇ ਕੰਮ ਦੇ। ਬਾਈ ਥੋੜ੍ਹਾ ਜਿਹਾ ਸਮਝ, ਤੈਨੂੰ ਪਤਾ ਹੀ ਆ। ਚੰਗਾ, ਮੈਨੂੰ ਜਾਣ ਦੇ ਫਿਰ, ਹੁਣ ਮੈਂ ਜਾ ਕੇ ਕੰਮ ਵੇਖਣਾ। ਤੁਸੀਂ ਕਿੱਥੇ ਸੀ ਜਦੋਂ ਇਹ ਸਭ ਕੁਝ ਹੋਇਆ? ਅਸਲ 'ਚ ਅਸੀਂ ਕੈਲਗਰੀ ਸਾਡੇ ਭਾਂਜੇ ਦੇ ਵਿਆਹ 'ਤੇ ਜਾਣਾ ਸੀ। ਹੈਰੀ ਤਾਂ ਕਿਸੇ ਕੰਮ ਕਰਕੇ ਜਾ ਨਾ ਸਕਿਆ, ਮੈਂ ਤਾਂ ਰੁਪਿੰਦਰ ਹੀ ਚਲੀਆਂ ਗਈਆਂ। ਰੁਪਿੰਦਰ? ਮੇਰੀ ਧੀ ਹੈਰੀ ਦੀ ਛੋਟੀ ਭੈਣ। ਕੀ ਹੈਰੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਰੰਜਿਸ਼ ਸੀ, ਜਾਂ ਤੁਹਾਨੂੰ ਕਿਸੇ 'ਤੇ ਕੋਈ ਸ਼ੱਕ ਹੋਵੇ? ਕੀ ਪਤਾ ਲੱਗਦਾ ਅੱਜ ਕੱਲ੍ਹ ਪੁੱਤ, ਜੇ ਕਿਸੇ ਕੋਲ ਚਾਰ ਪੈਸੇ ਆ ਜਾਂਦੇ ਨੇ, ਲੋਕੀ ਉਹਦੇ ਨਾਲ ਹੀ ਖਾਰ ਖਾਣ ਲੱਗ ਜਾਂਦੇ ਨੇ। ਕੀ ਮੈਂ ਰੁਪਿੰਦਰ ਨੂੰ ਮਿਲ ਸਕਦਾ? ਹਾਂ ਪੁੱਤ, ਤੂੰ ਮਿਲ ਸਕਦਾ। ਲੈ ਆ ਗਈ ਰੁਪਿੰਦਰ। ਹਾਏ। ਹੈਲੋ। ਤੁਸੀਂ ਹਰਪ੍ਰੀਤ ਦੇ ਦੋਸਤਾਂ ਨਾਲ ਕੰਟੈਕਟ ਕੀਤਾ? ਸ਼ਾਇਦ ਕਿਤੇ ਉਹਨਾਂ ਨੂੰ ਕੁਝ ਪਤਾ ਹੋਵੇ। ਅਸਲ 'ਚ ਵੀਰੇ ਦੇ ਜ਼ਿਆਦਾ ਯਾਰ ਦੋਸਤ ਨਹੀਂ ਹੈਗੇ। ਅਸੀਂ ਵੀਰੇ ਦਾ ਨੰਬਰ ਵੀ ਟਰਾਈ ਕੀਤਾ, ਉਹ ਵੀ ਨਹੀਂ ਲੱਗਿਆ। ਅਸੀਂ ਵੀਰੇ ਦੇ ਦੋਸਤਾਂ ਨੂੰ ਵੀ ਕੰਟੈਕਟ ਕੀਤਾ, ਪਰ ਉਹਨਾਂ ਨੂੰ ਵੀ ਕੁਛ ਪਤਾ ਨਹੀਂ ਲੱਗਿਆ। ਪਰ ਸ਼ਾਇਦ ਸਿਮਰ ਨੂੰ। ਸਿਮਰ? ਸਿਮਰ ਕੌਣ? ਤੁਸੀਂ ਸਾਨੂੰ ਖੁੱਲ੍ਹ ਕੇ ਦੱਸ ਸਕਦੇ ਹੋ। ਜਿੰਨਾ ਸਾਫ ਸਾਫ ਤੁਸੀਂ ਸਾਨੂੰ ਦੱਸੋਗੇ, ਉਨਾ ਹੀ ਜਲਦ ਹਰਪ੍ਰੀਤ ਨੂੰ ਅਸੀਂ ਲੱਭ ਸਕਾਂਗੇ। ਵੀਰਾ ਸਿਮਰ ਨੂੰ ਪਿਆਰ ਕਰਦਾ ਹੈ, ਪਰ ਮੰਮੀ ਨੂੰ ਸਿਮਰ ਬਿਲਕੁਲ ਪਸੰਦ ਨਹੀਂ, ਕਿਉਂਕਿ ਸਿਮਰ ਆਲਰੇਡੀ ਮੈਰਿਡ ਆ ਐਂਡ ਸਿਮਰ ਆਪਣੇ ਹਸਬੈਂਡ ਤੋਂ ਡਿਵੋਰਸ ਲੈ ਕੇ ਵੀਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਤੁਹਾਡੇ ਕੋਲ ਸਿਮਰ ਦਾ ਕੋਈ ਕੰਟੈਕਟ ਨੰਬਰ? ਹਾਂਜੀ। ਜੈਨ, ਯੂ ਕੈਨ ਗੈਟ ਦੀ ਇਨਫੋਰਮੇਸ਼ਨ 289-421-1211। ਕੀ ਅਸੀਂ ਹਰਪ੍ਰੀਤ ਦੀ ਗੱਡੀ ਤੇ ਉਹਦਾ ਰੂਮ ਚੈੱਕ ਕਰ ਸਕਦੇ ਹਾਂ? ਹਾਂ, ਤੁਸੀਂ ਉੱਪਰ ਜਾ ਕੇ ਚੈੱਕ ਕਰ ਸਕਦੇ ਹੋ। ਥੈਂਕ ਯੂ। ਆਈਲ ਸ਼ੋਅ ਯੂ। ਸ਼ੋਅ।
ਬਾਈ ਜੀ, 2 ਘੰਟੇ ਤੋਂ ਉੱਪਰ ਹੋ ਗਏ, ਹਜੇ ਤੱਕ ਉਹਨਾਂ ਦਾ ਕੋਈ ਫੋਨ ਨਹੀਂ ਆਇਆ। ਉਹ ਕਿਸੇ ਤੋਂ ਰਕਮ ਵਸੂਲਣੀ ਇੰਨਾ ਸੌਖਾ ਕੰਮ ਨਹੀਂ। ਉਹ ਵੀ ਜਦ ਮੋਹਰੇ ਯੋਰਾਵਰ ਹੋਵੇ, ਯੋਰਾਵਰ ਸੰਧੂ। ਹੈਲੋ ਯਾ ਓਕੇ ਬਾਈ ਜੀ, ਪਤਾ ਲੱਗ ਗਿਆ ਆਪਾਂ ਨੂੰ ਜਿਹੜੇ ਨੰਬਰ ਤੋਂ ਫੋਨ ਆਇਆ ਸੀ ਨਾ, ਉਹ ਕਿਸੇ ਜਤਿੰਦਰ ਨਾਂ ਦੇ ਬੰਦੇ 'ਤੇ ਆ। ਦਿਲਾਵਰ ਨੂੰ ਫੋਨ ਕਰਕੇ ਕਹਿ ਦੇ ਕਿ ਟਾਰਗੇਟ ਹੈਜ਼ ਬਿਨ ਚੇਂਜਡ, ਜਲਦੀ ਤੋਂ ਜਲਦੀ। ਠੀਕ ਆ ਜੀ। ਤੁਸੀਂ ਕਿਤੇ ਜਾ ਰਹੇ ਹੋ? ਹਾਂ, ਮੈਂ ਇੰਡੀਆ ਜਾ ਰਿਹਾ। ਮਤਲਬ? ਮਤਲਬ ਇਹ ਕਿ ਤੂੰ ਮੈਨੂੰ ਕਹਿੰਦੀ ਸੀ ਨਾ ਕਿ ਆਪਾਂ ਰੋਜ਼ ਰੋਜ਼ ਦੂਰ ਹੋਣ ਨਾਲੋਂ ਅਲੱਗ ਕਿਉਂ ਨਹੀਂ ਹੋ ਜਾਂਦੇ। ਇਸ ਕਰਕੇ ਆਈ ਹੈਵ ਡਿਸਾਈਡਡ ਟੂ ਗੋ ਬੈਕ ਫੋਰ ਗੁੱਡ। ਪਰ ਇਹ ਸਾਰਾ ਕੁਛ ਇੱਥੇ, ਤੂੰ ਲਾਇਰ ਨਾਲ ਗੱਲ ਕਰਕੇ ਮੈਨੂੰ ਡਿਵੋਰਸ ਪੇਪਰ ਸੈਂਡ ਕਰ ਦੀ। ਜਿਵੇਂ ਵੀ ਡਿਸਾਈਡ ਹੋਊਗਾ ਉਵੇਂ ਹੀ ਕਰ ਲਾਂਗੇ। ਪਰ ਤੁਸੀਂ ਜਾਣਾ ਕਦੋਂ ਹੈ? ਅੱਜ ਸ਼ਾਮ ਨੂੰ। ਤੁਸੀਂ ਅੱਜ ਸ਼ਾਮ ਨੂੰ ਜਾਣਾ ਤੇ ਮੈਨੂੰ ਹੁਣ ਦੱਸ ਰਹੇ ਹੋ? ਉਹ ਸ਼ੁਕਰ ਹੈ, ਮੈਂ ਦੱਸ ਤਾਂ ਰਿਹਾ, ਕਈ ਲੋਕ ਤਾਂ ਸਾਰੀ ਉਮਰ ਹਨੇਰੇ 'ਚ ਹੀ ਰਹਿ ਜਾਂਦੇ ਆ। ਚੱਲ ਠੀਕ ਹੈ, ਮੈਂ ਚੱਲਦਾ। ਸੁਣੋ, ਆ ਸੂਟਕੇਸ ਤੁਹਾਡਾ? ਹੁਣ ਮੈਂ ਕੋਈ ਹੋਰ ਕੰਮ ਚੱਲਿਆ, ਫਲਾਈਟ ਮੇਰੀ ਹੱਥ ਨੇ ਆ। ਹੈਲੋ। ਹਾਂਜੀ ਸਰ, ਤੁਹਾਡੀ ਟਿਕਟ ਹੋ ਗਈ ਕਨਫਰਮ। ਓਕੇ ਗ੍ਰੇਟ। ਹਾਂਜੀ ਹਾਂਜੀ, ਮੈਂ ਤੁਹਾਨੂੰ ਪੇਮੈਂਟ ਟ੍ਰਾਂਸਫਰ ਕਰਤੀ ਆ ਤੇ ਪਾਸਵਰਡ ਮੈਂ ਤੁਹਾਨੂੰ ਹੁਣੇ ਟੈਕਸਟ ਕਰ ਦਿੰਦਾ। ਓਕੇ, ਇਫ ਯੂ ਨੀਡ ਐਨੀਥਿੰਗ ਐਲਸ ਪਲੀਜ਼ ਲੈਟ ਮੀ ਨੋ। ਥੈਂਕ ਯੂ। ਓਕੇ ਥੈਂਕ ਯੂ। ਓਕੇ ਬਾਏ ਬਾਏ। Is this Simmer's house? Yeah, that's me. Can we have a word with you? Sure. Jio ne mainu aap milne bulaya si. Par jad main ghar gayi te dekhya utthe koi vi nahi si. Fir main onu call kiti. Par ohne meri call chakki nahi. Te baad cho phone band aa reha si. Tusi ik dooje nu kinne time to jande ho? Over 5 months now. If you don't mind me asking, ki tode husband nu pata is bare? Nahi. ਪਰ ਅਸੀਂ ਇੱਕ ਦੂਸਰੇ ਨੂੰ ਡਾਈਵੋਰਸ ਦੇ ਰਹੇ ਹਾਂ। ਇਟ ਵਾਜ਼ਨਟ ਵਰਕਿੰਗ ਆਊਟ। ਇਨ ਫੈਕਟ ਉਹ ਅੱਜ ਸ਼ਾਮ ਨੂੰ ਇੰਡੀਆ ਵੀ ਜਾ ਰਹੇ ਨੇ। ਕੀ ਉਹ ਕਰੇ? ਪਲੀਜ਼ ਗੋ ਅਹੈਡ। ਹੈਲੋ। ਹਾਂ ਯਾਰ, ਮੈਂ ਥੋੜ੍ਹਾ ਬਿਜ਼ੀ ਸੀ, ਮੈਂ ਤੈਨੂੰ ਠਹਿਰ ਕੇ ਕਾਲ ਕਰਾਂ ਜੇ ਕੋਈ ਮੈਸੇਜ ਆਉਂਦਾ ਤਾਂ। ਓਕੇ 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 ਬਾਏ। ਸੌਰੀ, ਆਈ ਹੈਡ ਟੂ ਟੇਕ ਦਿਸ। ਵਾਟ ਵਰ ਯੂ ਸੇਇੰਗ? ਨੈਵਰ ਮਾਈਂਡ, ਜੇ ਸਾਨੂੰ ਦੁਬਾਰਾ ਲੋੜ ਪਈ ਅਸੀਂ ਤੁਹਾਨੂੰ ਕੰਟੈਕਟ ਕਰ ਲਾਂਗੇ।
Bye for now. Okay. ਓਏ ਹਾਂ ਵੀ ਆਸ਼ਕ, ਤੂੰ ਵੀ ਸੋਚਦਾ ਹੋਏਗਾ ਕਿ ਤੈਨੂੰ ਇੱਥੇ ਲਿਆ ਕੇ ਕੁੱਟ ਕੇ ਜ਼ਲੀਲ ਕਰਕੇ ਤੇ ਮਾੜੇ ਮੋਟੇ ਪੈਸੇ ਲੈ ਕੇ ਮੈਨੂੰ ਕੀ ਮਿਲਿਆ ਹੋਊ। ਓਏ ਮੇਰੀ ਆਤਮਾ ਨੂੰ ਸ਼ਾਂਤੀ ਮਿਲੀ ਆ, ਸ਼ਾਂਤੀ। ਤੈਨੂੰ ਕੀ ਲੱਗਦਾ ਸੀ ਮੈਂ ਬੁੱਤ ਬਣਿਆ ਸਭ ਕੁਛ ਦੇਖਦਾ ਰਹੂੰ? ਐਂ ਤਾਂ ਸਾਲਾ ਕੋਈ ਵੀ ਕੁਛ ਕਰ ਲੂ। ਓਏ ਮੈਂ ਆਪਦੀ ਜਨਾਨੀ ਨੂੰ ਕਿਸੇ ਹੋਰ ਨਾਲ ਕਿਵੇਂ ਦੇਖ ਸਕਦਾ? ਖੂਨ ਖੋਲਦਾ ਸੀ ਮੇਰਾ ਖੂਨ। ਨਾਲੇ ਆਪਣੇ ਲੋਕ ਕਿੱਥੇ ਚੱਲਦੇ ਇਹੋ ਜਿਹਾ ਕੁਛ? ਚੱਲ ਛੱਡ, ਮੈਂ ਸਭ ਕੁਛ ਛੱਡ ਛਡਾ ਕੇ ਇੰਡੀਆ ਜਾ ਰਿਹਾ, ਤੁਹਾਡੇ ਦੋਹਾਂ ਤੋਂ ਦੂਰ ਰਹਿ ਲਿਓ ਇਕੱਠੇ। ਮੈਂ ਤੇਰੇ ਹੱਥ ਵੀ ਖੋਲ ਦਿੰਦਾ, ਪਰ ਇੱਕ ਸ਼ਰਤ ਹੈ, ਤੂੰ ਪੁਲਿਸ ਨੂੰ ਫੋਨ ਨਹੀਂ ਕਰੇਗਾ, ਐਟਲੀਸਟ ਇੱਕ ਦਿਨ ਲਈ ਤਾਂ ਜਮਾਂ ਵੀ ਨਹੀਂ। ਤੇਰਾ ਪਰਸ ਤੇ ਕਾਰਡ ਵੀ ਲੈ ਕੇ ਆਇਆ, ਆ ਸਾਂਭ ਲਈ। ਓਏ ਓਏ ਉਹ ਬਈ, ਓਏ ਉਹ ਬੋਲ, ਓਏ ਆ ਕੀ ਉਹ ਬਈ ਬੋਲ। ਫਕ ਮੈਨ, ਓਏ ਆ ਕੀ ਕਰ ਲਿਆ ਮੈਂ? ਭੈਣ ਚੋਪ ਬੋਲ ਯਾਰ। ਫਕ ਮੈਂ ਬੋਲ ਯਾਰ, ਭੈਣ ਚੋ ਫੁੱਦੂ ਮੈਂ, ਭੈਣ ਚੋਦ ਫੁੱਦੂ। ਕਿਉਂ ਕਿਉਂ ਓਏ ਕਿਉਂ ਲੈ ਕੇ ਆਇਆ ਮੈਂ ਨੂੰ ਇੱਥੇ? ਲੈ ਕੇ ਆਇਆ ਓਏ? ਹੁਣ ਹੁਣ ਜੇ ਪੁਲਿਸ ਨੂੰ ਪਤਾ ਲੱਗ ਗਿਆ, ਪੁਲਿਸ ਨੇ ਆ ਜਾਣਾ। ਓ ਸ਼ਿਟ, ਕਾਸ਼ ਮੈਂ ਪਹਿਲੇ ਇੰਡੀਆ ਵਗ ਜਾਂਦਾ। ਓਏ ਹੁਣ ਮੈਂ ਕੀ ਕਰਾਂ ਹੁਣ ਮੈਂ? ਓਏ ਹੁਣ ਮੈਂ ਕੀ ਕਰਾਂ? ਇਹਦੀ ਲਾਸ਼ ਨੂੰ ਕਿੱਥੇ ਟਿਕਾਣੇ ਲਾਵਾਂ? ਨਹੀਂ ਤਾਂ ਮੈਨੂੰ ਪੁਲਿਸ ਨੇ ਫੜ ਲੈਣਾ।
ਉਹ ਕਿਵੇਂ ਆ ਬਾਈ? ਹਾਂ ਬਾਈ, ਕੌਣ? ਜਤਿੰਦਰ, ਤੇਰਾ ਹੀ ਨਾਂ ਹੈ? ਹਾਂ ਬਾਈ। ਚੱਲ ਫਿਰ ਦੇ ਕਾਗਜ਼, ਨਿਬੇੜੀਏ ਕੰਮ। ਕਿਹੜੇ ਕਾਗਜ਼ ਬਾਈ? ਐਕਟਿੰਗ ਵਾਲੇ ਤਾਂ ਪਟੂਆ ਚਿੱਬੇ ਕੱਢਦਾ, ਐਕਟਿੰਗ ਦੇ ਚੱਕਰ 'ਚ ਚਿੱਬ ਪਵਾ ਨਾ ਲਈ। ਸਿੱਧਾ ਹੋ ਕੇ ਬੰਦਿਆਂ ਵਾਂਗੂ ਦੱਸ, ਫਾਈਲ ਕਿੱਥੇ ਹੈ? ਕਿਹੜੀ ਫਾਈਲ ਦੀ ਗੱਲ ਕਰ ਰਹੇ ਆ ਬਾਈ? ਮੈਨੂੰ ਕੁਝ ਨਹੀਂ ਪਤਾ ਯਾਰ। ਜ਼ੋਰਾਵਰ ਸੰਧੂ ਨੂੰ ਫੋਨ ਤੂੰ ਹੀ ਕੀਤਾ ਸੀ ਨਾ? ਤੂੰ ਹੀ ਕਹਿੰਦਾ ਸੀ ਨਾ ਮੈਂ ਆਹ ਕਰ ਦੂੰ, ਮੈਂ ਵਾਹ ਕਰ ਦੂੰ। ਜ਼ੋਰਾਵਰ ਸੰਧੂ? ਬਾਈ ਮੈਂ ਨਹੀਂ ਜਾਣਦਾ ਕਿਸੇ ਜ਼ੋਰਾਵਰ ਸੰਧੂ ਨੂੰ। 306-415 ਘੱਟ ਤੇਰਾ ਹੀ ਨੰਬਰ ਹੈ ਨਾ? ਹਾਂ, ਨੰਬਰ ਤਾਂ ਮੇਰਾ, ਪਰ ਮੈਂ ਕਿਸੇ ਜ਼ੋਰਾਵਰ ਨੂੰ ਫੋਨ ਨਹੀਂ ਕੀਤਾ। ਦੇਖ, ਜੇ ਗੱਲ ਨਹੀਂ ਮੰਨੇਗਾ ਨਾ, ਪਹਿਲਾਂ ਮੈਂ ਤੈਨੂੰ ਕੁੱਟੂੰਗਾ, ਫਿਰ ਮੈਂ ਤੈਨੂੰ ਜਾਨੋਂ ਮਾਰੂੰਗਾ, ਫਿਰ ਫਾਈਲ ਵੀ ਨਹੀਂ ਲੱਭਣੀ ਕਿਸੇ ਨੂੰ। ਜੇ ਤੂੰ ਮੈਨੂੰ ਫਾਈਲ ਦੱਸ ਦੇਗਾ, ਫਿਰ ਮੈਂ ਸਿਰਫ ਤੈਨੂੰ ਜਾਨੋਂ ਮਾਰੂੰਗਾ। ਬਾਈ ਮੈਂ ਸਹੁੰ ਖਾ ਕੇ ਕਹਿਣਾ, ਮੈਨੂੰ ਨਾ ਕਿਸੇ ਫਾਈਲ ਦਾ ਪਤਾ, ਨਾ ਜ਼ੋਰਾਵਰ ਦਾ ਪਤਾ, ਨਾ ਮੈਨੂੰ ਕਿਸੇ ਚੀਜ਼ ਦਾ ਨਹੀਂ ਪਤਾ ਯਾਰ। ਐਂ ਦੱਸ ਚੰਗਾ, ਰੰਧਾਵੇ ਬਾਰੇ ਤਾਂ ਪਤਾ ਨਾ ਤੈਨੂੰ, ਰੰਧਾਵਾ ਕੌਣ ਹੈ ਦੱਸ? ਜਾਣਦਾ ਰੰਧਾਵੇ ਨੂੰ? ਕੌਣ ਆ ਰੰਧਾਵਾ? ਹੁਣੇ ਤਾਂ ਭੈਣ ਚੋਦਾ ਨੂੰ ਪਾਣੀ 'ਚ ਸਿੱਟ ਕੇ ਆਇਆ ਤੂੰ, ਤੇਰੇ ਪ੍ਰਾਹੁਣੇ ਨੂੰ, ਹਜੇ ਕਹਿੰਦਾ ਮੈਂ ਜਾਣਦਾ ਨਹੀਂ। ਤੇਰਾ ਵੀ ਸਾਲਾ ਅੰਤ ਨੇੜੇ ਹੀ ਹੈ। ਆ ਬੈਗ 'ਚ ਕੀ ਚੱਕੀ ਫਿਰਦਾ ਓਏ? ਵਾਹ ਤੇਰੇ ਵੱਡੇ ਕਿਡਨੈਪਰ ਦੇ। ਆ ਹਾ ਹਾ ਹਾ, ਅਸਲੀ ਚੀਜ਼ ਤਾਂ ਸਾਲੀ ਆਹ ਚੱਕੀ ਫਿਰਦਾ ਤੂੰ। ਸਾਲੀ ਫਿਲਮਾਂ 'ਚ ਤਾਂ ਬਹੁਤ ਵਾਰੀ ਦੇਖੀ ਹੈ, ਅੱਜ ਦੇਖੀਏ ਵਰਤ ਕੇ ਓਏ। ਉਹ ਮੈਂ ਸੱਚ ਕਹਿ ਰਿਹਾ, ਉਹ ਬਾਈ ਮੈਨੂੰ ਕੁਛ ਨਹੀਂ ਪਤਾ ਓਏ। ਉਹ ਨਾ ਬਾਈ, ਓਏ ਓਏ ਮੈਂ ਸੱਚੀ ਕਹਿ ਰਿਹਾ, ਬਾਈ ਮੈਨੂੰ ਕੁਝ ਨਹੀਂ ਪਤਾ। ਮੇਰੇ 'ਤੇ ਯਕੀਨ ਕਰ ਬਾਈ। ਓਏ ਨਾ ਬਾਈ, ਓਏ ਨਾ ਯਾਰ, ਉਹ ਮੇਰੇ 'ਤੇ ਯਕੀਨ ਕਰ, ਮੈਂ ਕੁਝ ਨਹੀਂ ਕੀਤਾ ਯਾਰ। All details and last location of the missing guy. I'm going to be sending you some surprising security cam footage from the neighbor's house. That's great. Yeah, send me the location as soon as possible. Thank you, Mark. Okay, bye. I think we have solved the puzzle. We have the call details of Harpreet Randhawa and his last location. Let's go. ਇਹਨੇ ਤਾਂ ਲੱਗਦਾ ਕੋੜ ਕਿੱਲੀ ਦੀ ਮੌਤ ਮਰਨਾ। ਅਖੇ ਸਤੀਰਾ ਨਾਲ ਜੱਫੇ, ਚੱਲ ਆ ਜਾ। ਸਾਲੇ ਨੂੰ ਕਿੱਥੇ ਦੱਬੀਏ? Thank you.
ਥੋੜ੍ਹੀ ਦੇਰ ਹੋਰ ਪਿਆ ਰਹਿੰਦਾ ਤੇਰੀ ਪੱਕੀ ਉਹ ਅੱਖ ਲਵਾ ਦੇਣੀ ਸੀ। ਇੱਕ ਤਾਂ ਸਾਲੀ ਅੱਜ ਕੱਲ੍ਹ ਹਰੇਕ ਚੀਜ਼ 'ਚ ਮਿਲਾਵਟ ਹੈ। ਹਾਂ ਕੀ ਕਹਿਣਾ? ਉਹ ਖੜ ਜਾ ਪਤੰਦਰਾ ਖੋਲਦਾ। ਉਹ ਜਾਣ ਦੇ ਮੈਨੂੰ ਇੱਥੋਂ, ਮੈਂ ਕੁਝ ਨਹੀਂ ਕੀਤਾ ਯਾਰ। ਜਿਹੜੇ ਬੰਦੇ ਨੇ ਤੈਨੂੰ ਮੈਨੂੰ ਮਰਨ ਲਈ ਭੇਜਿਆ ਨਾ, ਉਹਨਾਂ ਬੰਦਿਆਂ ਲਈ ਆਪਾਂ ਖੜਾਉਣੇ ਆ। ਉਹ ਤੇਰੇ ਮੇਰੇ ਵਰਗਿਆਂ ਨੂੰ ਵਰਤ ਕੇ ਸੁੱਟ ਦਿੰਦੇ ਆ, ਉਹਨਾਂ ਲਈ ਆਪਣੀ ਜਾਨ ਦੀ ਕੀਮਤ ਕੌਡੀਆਂ ਦੇ ਭਾਅ ਹੈ। ਕੌਡੀਆਂ ਦੇ ਭਾਅ? ਉਹ ਭਰਾਵਾ ਤੈਨੂੰ ਮਾਰਨ ਦੇ ਚੰਗੇ ਖਾਸੇ ਪੈਸੇ ਦਿੱਤੇ ਨੇ ਉਹਨਾਂ ਨੇ ਮੈਨੂੰ, ਨਾਲੇ ਮੈਨੂੰ ਤਾਂ ਪੈਸੇ ਦੀ ਭਾਸ਼ਾ ਸਮਝ ਆਉਂਦੀ ਹੈ, ਪੈਸੇ ਦੀ। ਚੱਲ ਛੱਡ ਰਹਿਣ ਦੇ, ਤੂੰ ਮੈਨੂੰ ਐਂ ਦੱਸ, ਤੇਰੀ ਕੋਈ ਆਖਰੀ ਖੁਆਇਸ਼ ਤਾਂ ਨਹੀਂ? ਜੇ ਤੇਰੀ ਕੋਈ ਆਖਰੀ ਖੁਆਇਸ਼ ਹੈ ਤਾਂ ਦੱਸ। ਪਾਣੀ ਪਿਆ ਦੇ, ਬਹੁਤ ਪਿਆਸ ਲੱਗੀ ਆ। ਪਾਣੀ? ਸਾਲਿਆ ਮਰਦਾ ਸੀ ਕੋਈ ਚੀਜ਼ ਹੋਰ ਮੰਗ ਲੈਂਦਾ, ਸਾਲਾ ਪਾਣੀ ਦਾ। ਚੱਲ ਕੋਈ ਨਹੀਂ, ਤੈਨੂੰ ਪਿਲਾ ਦਿੰਦੇ ਹਾਂ ਪਾਣੀ।
Jen, call for the backup and ambulance. ASAP. Badge 2212 for backup, please. ਸੱਟ ਕਿੱਦਾਂ ਲੱਗੀ? ਓ ਯਾਰ, ਤੂੰ ਮੈਨੂੰ ਏਅਰਪੋਰਟ ਤੇ ਡ੍ਰੌਪ ਕਰ ਸਕਦੀ ਆ? ਪਰ ਤੁਹਾਡੀ ਫਲਾਈਟ ਤਾਂ ਸ਼ਾਮ ਦੀ ਨਹੀਂ ਸੀ। ਓਏ, ਕੋਵਿਡ ਟੈਸਟਿੰਗ ਕਰਕੇ ਟਾਈਮ ਲੱਗ ਜਾਂਦਾ, ਆਪਾਂ ਨੂੰ ਜਲਦੀ ਜਾਣਾ ਪੈਣਾ। ਪਰ ਫਿਰ ਵੀ ਹਲੇ ਤਾਂ ਬਹੁਤ ਟਾਈਮ ਪਿਆ ਏ, ਨਾਲ ਆਪਾਂ ਪਹਿਲਾਂ ਹਸਪੀਟਲ ਚੱਲਦੇ ਆ। ਓ ਯਾਰ, ਤੂੰ ਮੈਨੂੰ ਏਅਰਪੋਰਟ ਤੇ ਛੱਡ ਸਕਦੀ ਆ ਤਾਂ ਠੀਕ ਆ, ਨਹੀਂ ਮੈਂ ਉਬਰ ਕਾਲ ਕਰ ਲੈਣਾ। ਠੀਕ ਆ, ਮੈਂ ਚੱਲਦੀ ਆ, ਮੈਨੂੰ 2 ਮਿੰਟ ਦਿਓ। ਚੱਲ, ਮੈਂ ਸੂਟਕੇਸ ਰੱਖਦਾ ਇੰਨੇ। ਹਾਂ, ਚਲੋ ਚਲੋ ਚੱਲੀਏ। You are under arrest. Drop your bags. Turn around. Get on your knees. ਸਮਝ ਨਹੀਂ ਆਈ, ਤੈਨੂੰ ਰੰਧਾਵੇ ਨੂੰ ਕਿਡਨੈਪ ਕਰਕੇ ਮਿਲਿਆ ਕੀ?
ਮਾੜੇ ਮੋਟੇ ਪੈਸਿਆਂ ਪਿੱਛੇ ਤਾਂ ਕੋਈ ਇੰਨਾ ਰਿਸਕ ਲੈ ਨਹੀਂ ਸਕਦਾ। ਓਏ ਹੋਰ ਕੀ ਕਰਦਾ, ਮੇਰਾ ਸਾਲਾ ਮੇਰੇ ਸਾਹਮਣੇ ਮੇਰੀ ਜਨਾਨੀ ਨੂੰ ਜੱਫੀਆਂ ਪਾਉਂਦਾ ਸੀ, ਮੈਂ ਕੀ ਕੋਈ ਵੀ ਹੁੰਦਾ ਹੁਣੀ ਵੀ ਐਂ ਕਰਨਾ ਸੀ। ਓਏ ਮੇਰੀ ਰੂਹ ਨੂੰ ਸ਼ਾਂਤੀ ਮਿਲੀ ਆ ਉਹਨੂੰ ਕੁੱਟ ਕੇ, ਪਰ ਕੁਛ ਕੁ ਟਾਈਮ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਂ ਜੋ ਕੀਤਾ ਉਹ ਗਲਤ ਕੀਤਾ। ਉਹ ਤਾਂ ਠੀਕ ਹੈ, ਪਰ ਰੰਧਾਵੇ ਨੂੰ ਤੂੰ ਮਾਰਿਆ ਕਿਉਂ? ਓਏ ਮੈਂ ਨਹੀਂ ਮਾਰਿਆ ਰੰਧਾਵੇ ਨੂੰ ਯਾਰ, ਮੈਨੂੰ ਪਤਾ ਮੈਂ ਤੈਨੂੰ ਨਹੀਂ ਸਿਮਰ ਨੂੰ ਪੁੱਛ ਰਿਹਾ ਸੀ ਉਹਨੇ ਰੰਧਾਵੇ ਨੂੰ ਕਿਉਂ ਮਾਰਿਆ। ਮੈਂ ਕਿਉਂ ਮਾਰਨਾ ਉਹਨੂੰ? ਇੰਨੀ ਐਕਟਿੰਗ ਦੀ ਲੋੜ ਨਹੀਂ, ਤੁਹਾਡਾ ਨੋ ਮਿਲਿਆ ਜਿੱਥੇ ਰੰਧਾਵੇ ਦਾ ਮਰਡਰ ਹੋਇਆ ਸੀ, ਨਾਲੇ ਹੋਰ ਵੀ ਬਹੁਤ ਸਬੂਤ ਨੇ ਸਾਡੇ ਕੋਲ। ਰੰਧਾਵੇ ਨੂੰ ਤੂੰ ਮਾਰਿਆ ਸਿਮਰ? ਹਾਂ ਮੈਂ ਮਾਰਿਆ ਰੰਧਾਵੇ ਨੂੰ, ਮਾਰਦੀ ਵੀ ਕਿਉਂ ਨਾ, ਉਹ ਇਸੇ ਦੇ ਲਾਇਕ ਸੀ। ਮਤਲਬ ਉਹਨੂੰ ਮਾਰ ਕੇ ਇੱਕ ਤਾਂ ਉਹ ਮੇਰੇ ਰਾਹ 'ਚੋਂ ਹਟਦਾ ਸੀ, ਅਤੇ ਨਾਲ ਇਹ ਵੀ ਮੈਂ ਹਮੇਸ਼ਾ ਤੋਂ ਚਾਹੁੰਦੀ ਸੀ ਕਿ ਮੇਰਾ ਵਿਆਹ ਕਿਸੇ ਅਮੀਰ ਘਰ ਹੋਵੇ, ਅਤੇ ਹਰਪ੍ਰੀਤ 'ਚੋਂ ਸਭ ਕੁਛ ਸੀ ਜੋ ਮੈਨੂੰ ਚਾਹੀਦਾ ਸੀ। ਮੈਂ ਅਤੇ ਹਰਪ੍ਰੀਤ ਇੱਕ ਦੂਸਰੇ ਨੂੰ ਪਹਿਲੀ ਵਾਰ ਜਿਮ 'ਚ ਮਿਲੇ, ਉੱਥੇ ਅਸੀਂ ਇੱਕ ਦੂਸਰੇ ਵੱਲ ਇੰਟਰੈਕਟ ਹੋ ਗਏ। ਹਾਏ ਐਕਸਕਿਊਜ਼ ਮੀ, ਕੈਨ ਯੂ ਪਲੀਜ਼ ਹੈਲਪ ਮੀ? ਯਾ ਸ਼ੋਰ। ਫਿਰ ਅਸੀਂ ਬਾਹਰ ਮਿਲਣਾ ਸ਼ੁਰੂ ਕੀਤਾ ਅਤੇ ਗੱਲ ਬਹੁਤ ਅੱਗੇ ਤੱਕ ਵੱਧ ਗਈ। ਯਾਰ ਹੁਣ ਆ ਰਹੇ ਹੋ? ਯਾਰ ਮੈਂ ਥੋੜ੍ਹਾ ਮੀਟਿੰਗ 'ਚ ਬਿਜ਼ੀ ਸੀ। ਆਜਾ ਆਜਾ ਪਲੀਜ਼। ਇੱਕ ਦਿਨ ਮੈਨੂੰ ਇੱਕ ਕੁੜੀ ਮਿਲੀ, ਉਹ ਕਾਫੀ ਦਿਨਾਂ ਤੋਂ ਮੇਰਾ ਪਿੱਛਾ ਕਰ ਰਹੀ ਸੀ। ਉਹ ਕੁੜੀ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਇਹ ਪਿਆਰ ਦੀ ਆੜ 'ਚ ਕੁੜੀਆਂ ਨਾਲ ਧੋਖਾ ਕਰਦਾ, ਅਤੇ ਜਦੋਂ ਮੈਨੂੰ ਪਤਾ ਚੱਲਿਆ ਕਿ ਉਸਦਾ ਅਗਲਾ ਸ਼ਿਕਾਰ ਮੈਂ ਹਾਂ, ਮੈਂ ਉਸੇ ਦਿਨ ਸੋਚ ਲਿਆ ਕਿ ਇਹਨੂੰ ਮੈਂ ਇੱਦਾਂ ਹੀ ਨਹੀਂ ਜਾਣ ਦੇਣਾ। ਮੈਂ ਉਸ ਦਿਨ ਹਰਪ੍ਰੀਤ ਕੋਲ ਗਈ ਅਤੇ ਜਦੋਂ ਅਸੀਂ ਅੰਦਰ ਗਏ ਤਾਂ ਮੈਂ ਦੇਖਿਆ ਕਿ ਉਹ ਪੈਕਿੰਗ ਕਰ ਰਿਹਾ। ਮੈਂ ਉਹਨੂੰ ਕਿਹਾ, ਵੈਸੇ ਇਹਨੂੰ ਦੇਖ ਕੇ ਲੱਗ ਨਹੀਂ ਰਿਹਾ ਵੀ ਤੁਹਾਡੇ ਤੋਂ ਹੋ ਜੂਗੀ। ਹਾਂ ਦੂਜਾ ਮੈਂ ਸਹੀ ਗਿਆ, ਮੈਨੂੰ ਵੀ ਨਹੀਂ ਲੱਗ ਰਿਹਾ। ਤੂੰ ਕਰ ਦੇ ਪਲੀਜ਼। ਅੱਛਾ ਜੀ, ਕਰ ਦੇ ਯਾਰ। ਮੈਂ ਕਿਉਂ ਕਰਾਂ,
ਇੱਕ ਤਾਂ ਮੈਂ ਤੁਹਾਨੂੰ ਨਹੀਂ, ਦੂਜੀ ਪਲੀਜ਼ ਕਰ ਦੇ ਯਾਰ ਪਲੀਜ਼। ਓਕੇ ਓਕੇ ਮੈਂ ਟਰਾਈ ਕਰਦੀ ਹਾਂ। ਓਕੇ ਬੈਗ ਨਾ ਉਸ ਸਾਈਡ ਤੇ ਭੇਜ ਠੀਕ ਹੈ। ਤੇ ਥੋੜਾ ਚਿਰ ਗੱਲਾਂ ਕਰਨ ਤੋਂ ਬਾਅਦ ਉਹ ਫਿਰ ਨਾਉਣ ਚਲਾ ਗਿਆ। ਉਹ ਨਾਲੇ ਸੱਚ ਕਲਾਉਣਾ ਨਾ ਭੁੱਲ ਜੀ। ਉਹਨੇ ਮੈਨੂੰ ਅਗਲੇ ਦਿਨ ਮਿਲਣ ਆਉਣ ਲਈ ਵੀ ਕਿਹਾ ਤੇ ਫਿਰ ਮੈਂ ਉਸਦੇ ਕੱਪੜੇ ਤੈਅ ਕਰਨੇ ਸ਼ੁਰੂ ਕਰਤੇ। ਤੇ ਜਦੋਂ ਮੈਂ ਉਹਦੇ ਕੱਪੜੇ ਪੈਕ ਕਰਨ ਲਈ ਬੈੱਡ ਦੇ ਨਾਲ ਪਿਆ ਉਹ ਬੈਗ ਚੱਕਿਆ ਤੇ ਜਿਵੇਂ ਹੀ ਮੈਂ ਬੈਗ ਦੀ ਜ਼ਿਪ ਖੋਲ੍ਹੀ ਤੇ ਮੈਂ ਦੇਖਿਆ ਉਸ 'ਚ ਬਹੁਤ ਸਾਰਾ ਕੈਸ਼ ਸੀ। ਇੰਨਾ ਕੈਸ਼ ਦੇਖ ਕੇ ਮੇਰੇ ਮਨ 'ਚ ਲਾਲਚ ਆ ਗਿਆ ਪਰ ਮੈਂ ਬੈਗ ਉੱਥੋਂ ਲੈ ਕੇ ਜਾ ਨਹੀਂ ਸਕਦੀ ਸੀ। ਸੋ ਮੈਂ ਉਹ ਬੈਗ ਉੱਥੇ ਹੀ ਵਾਪਿਸ ਰੱਖਤਾ ਤੇ ਉਸਦੇ ਨਾਲ ਪਏ ਬੈਗ ਵਿੱਚ ਮੈਂ ਹਰਪ੍ਰੀਤ ਦੇ ਕੱਪੜੇ ਪੈਕ ਕਰਨੇ ਸ਼ੁਰੂ ਕੀਤੇ। ਮੈਂ ਅਗਲੇ ਦਿਨ ਜਦੋਂ ਉੱਥੇ ਪਹੁੰਚੀ ਤੇ ਦੇਖਿਆ ਜਿੰਦਰ ਰੰਧਾਵੇ ਨੂੰ ਉੱਥੋਂ ਲੈ ਕੇ ਜਾ ਰਿਹਾ ਸੀ। ਤੇ ਜਦੋਂ ਉਹਨੂੰ ਉੱਥੇ ਲੈ ਕੇ ਚਲਾ ਗਿਆ ਮੇਰੇ ਦਿਮਾਗ 'ਚ ਇੱਕ ਆਈਡੀਆ ਆਇਆ ਤੇ ਸਿੱਧਾ ਗੱਡੀ ਜਿੰਦਰ ਨੰਬਰ ਲਈ ਜਿੰਦਰ ਰੰਧਾਵੇ ਨੂੰ ਇੱਕ ਬਾਂਹ 'ਚ ਲੈ ਕੇ ਗਿਆ ਤੇ ਜਦੋਂ ਮੈਂ ਦੇਖਿਆ ਤੇ ਮੈਂ ਵੀ ਸੋਚ ਲਿਆ ਤੇ ਇਸ ਤੋਂ ਵਧੀਆ ਮੌਕਾ ਇਹਨਾਂ ਦੋਵਾਂ ਤੋਂ ਛੁਟਕਾਰਾ ਪਾਉਣ ਦਾ ਮੈਨੂੰ ਹੋਰ ਨਹੀਂ ਮਿਲਣਾ। ਫਿਰ ਮੈਂ ਘਰ ਦੇ ਮੂਹਰੇ ਗਈ ਮੈਂ ਬੈੱਲ ਵਜਾਈ ਅਤੇ ਘਰ ਦੇ ਅੰਦਰ ਦੇਖਿਆ ਐਂਡ ਮੇਕ ਸ਼ੋਰ ਕੀਤਾ ਕਿ ਘਰ 'ਚ ਕੋਈ ਹੈ ਤਾਂ ਨਹੀਂ। ਮੈਂ ਹਰਪ੍ਰੀਤ ਨੂੰ ਕਾਲ ਕੀਤੀ ਪਰ ਉਹਨੇ ਮੇਰੀ ਕਾਲ ਨਹੀਂ ਚੱਕੀ ਅਤੇ ਫਿਰ ਮੈਂ ਘਰ ਦੇ ਅੰਦਰ ਗਈ ਅਤੇ ਜਦੋਂ ਮੈਂ ਉਸਦੇ ਬੈੱਡਰੂਮ 'ਚ ਗਈ ਅਤੇ ਮੈਂ ਬੈੱਡ ਦੇ ਨਾਲ ਪਿਆ ਉਹੀ ਕੈਸ਼ ਵਾਲਾ ਬੈਗ ਦੇਖਿਆ ਅਤੇ ਮੈਂ ਉਹ ਬੈਗ ਚੱਕਿਆ ਅਤੇ ਸਿੱਧਾ ਗੱਡੀ 'ਚ ਰੱਖਿਆ ਅਤੇ ਉਸੇ ਰਾਤ ਮੈਂ ਉੱਠ ਕੇ ਬਾਨ ਗਈ। ਜਦੋਂ ਮੈਂ ਹਰਪ੍ਰੀਤ ਕੋਲ ਪਹੁੰਚੀ ਉਹ ਮੈਨੂੰ ਵੇਖ ਕੇ ਬਹੁਤ ਖੁਸ਼ ਹੋ ਗਿਆ ਅਤੇ ਕਹਿਣ ਲੱਗਾ ਸਿਮਰ ਤੂੰ ਤੂੰ ਇੱਥੇ ਥੈਂਕ ਗੋਡ ਤੂੰ ਆ ਗਈ ਪਲੀਜ਼ ਮੇਰੇ ਹੱਥ ਕੋਲ ਮੇਰੇ ਹੱਥ ਕੋਲ ਜਿੱਥੇ ਮੈਨੂੰ ਲੱਗਦਾ ਤੇਰਾ ਘਰ ਦਿਮਾਗ ਖਰਾਬ ਹੋ ਗਿਆ। ਕੋਲ ਜਾ ਕੇ ਬੈਠੀ ਤੇ ਉਹ ਮੇਰੇ ਵੱਲ ਦੇਖਦਾ ਰਿਹਾ ਫਿਰ ਮੈਂ ਆਪਣੀ ਜੇਬ 'ਚੋਂ ਚਾਕੂ ਕੱਢਿਆ। ਇਹ ਕੀ ਕਰ ਰਹੀ ਉਹਨੂੰ ਲੱਗਿਆ ਮੈਨੂੰ ਲੱਗਦਾ ਤੇਰਾ ਦਿਮਾਗ ਖਰਾਬ ਹੋ ਗਿਆ ਪਰ ਲੈ ਕਰਤਾ ਤੈਨੂੰ ਆਜ਼ਾਦ। ਉਹਨੇ ਮੇਰੇ ਹੱਥ ਫੜ ਲਏ ਅਤੇ ਮੈਂ ਬਹੁਤ ਧੱਕਾ ਕੀਤਾ ਕਿ ਆਪਣੇ ਹੱਥ ਛੁਡਾ ਲਏ ਅਤੇ ਮੈਂ ਉਹਨੂੰ ਉੱਥੇ ਹੀ ਤੜਫਦਾ ਛੱਡ ਕੇ ਉੱਥੋਂ ਵਾਪਿਸ ਆ ਗਈ। ਇਹਦਾ ਮਤਲਬ ਜ਼ੋਰਾਵਰ ਨੂੰ ਵੀ ਤੂੰ ਹੀ ਫੋਨ ਕੀਤਾ ਸੀ? ਹਾਂ, ਤਾਂ ਕਿ ਇਹ ਜੇ ਪੁਲਿਸ ਤੋਂ ਬਚ ਜਾਵੇ ਤਾਂ ਜ਼ੋਰਾਵਰ ਇਹਨੂੰ ਨਾ ਛੱਡੇ। ਕੈਸ਼ ਵਾਲੇ ਬੈਗ ਵਿੱਚ ਇੱਕ ਫਾਈਲ ਸੀ ਜਿਹਦੇ ਵਿੱਚ ਜ਼ੋਰਾਵਰ ਬਾਰੇ ਸਾਰੇ ਸਬੂਤ ਸੀ ਅਤੇ ਮੈਂ ਵੀ ਸੋਚ ਲਿਆ ਕਿ ਇਸ ਤੋਂ ਵਧੀਆ ਮੌਕਾ ਮੈਨੂੰ ਆਪਣੀ ਲਾਈਫ ਸੈੱਟ ਕਰਨ ਦਾ ਕਿੱਥੇ ਮਿਲਣਾ ਸੀ। ਲਾਈਫ ਸੈੱਟ ਕਰਨੀ ਸੀ ਸਾਲੀ ਮੇਰੀ ਲਾਈਫ ਤਾਂ ਖਰਾਬ ਕਰਤੀ ਨਾ। ਵੈਲ ਇਟਸ ਆਲ ਓਵਰ ਨਾਓ।
ਨਾ ਤਾਂ ਮੈਨੂੰ ਇਸ ਚੀਜ਼ ਨਾਲ ਫਰਕ ਪੈਂਦਾ ਕਿ ਰੰਧਾਵੇ ਨੂੰ ਮਾਰਨ ਵਾਲਾ ਹੈ ਕੌਣ, ਨਾ ਇਸ ਚੀਜ਼ ਨਾਲ ਜਤਿੰਦਰ ਨੂੰ ਪੁਲਿਸ ਨੇ ਫੜ ਲਿਆ। ਮੈਨੂੰ ਫਰਕ ਪੈਂਦਾ ਉਸ ਫਾਈਲ ਨਾਲ ਜਿਹੜੀ ਇਹਨਾਂ ਵਿੱਚੋਂ ਕਿਸੇ ਕੋਲੋਂ ਵੀ ਨਹੀਂ ਮਿਲੀ। ਉਹ ਫਾਈਲ ਜਿੱਥੇ ਵੀ ਆ, ਜਿਹਦੇ ਕੋਲ ਵੀ ਆ, ਮੈਨੂੰ ਹਰ ਹਾਲਤ ਵਿੱਚ ਚਾਹੀਦੀ ਹੈ। ਹਾਂਜੀ ਬਾਈ ਜੀ, ਮੈਂ ਪਤਾ ਕਰਕੇ ਦੱਸਦਾ। ਬਾਈ ਜੀ, ਸ਼ਤਰੰਜ ਦੀ ਆਖਰੀ ਚਾਲ ਆਪਣੀ ਨਹੀਂ ਮੇਰੀ ਹੋਊਗੀ, ਮੇਰੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਸੀਂ ਨਹੀਂ, ਅੱਜ ਸਾਡੀ, ਅੱਜ ਆਪਣੀ, ਅੱਜ ਆਪਣੀ ਫਿਲਮ ਦਾ ਸ਼ੂਟ ਸਾਰਾ ਕੰਪਲੀਟ ਹੋ ਗਿਆ ਜੀ। ਰੁਕੋ 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 ਰੁਕੋ, ਹੁਣੇ ਹੁਣੇ ਖਬਰ ਆ ਰਹੀ ਹੈ ਉਹਦੀ ਵਹੁਟੀ ਨੇ ਉਹਨੂੰ ਮਾਰਿਆ, ਉਹਨਾਂ ਨੇ ਇੱਕ ਹੋਰ ਬੰਦੇ ਨੂੰ ਮਾਰਤਾ ਜਿਹੜਾ ਉਹਦੀ ਵਹੁਟੀ ਦਾ ਆਸ਼ਕ ਸੀ। ਰਿਸ਼ਤੇ ਮੈਂ ਤੁਹਾਨੂੰ ਤੁਹਾਰੇ ਬਾਪ ਲੱਗਦਾ, ਲੇਕਿਨ ਨਾਮ ਹੈ ਕਮਲ ਸਿੰਘ। ਪੰਜਾਬੀ ਬੂਟ ਚੰਗੀ ਤਰ੍ਹਾਂ ਖਾਣਾ ਜੀ, ਡੋਸਿਆਂ ਦੇ ਦੁਆਲੇ ਹੋਏ ਰਿਕਾਰਡਿੰਗ, ਫਿਰ ਕਹਿੰਦੇ ਆ ਸ਼ੂਟ ਲੇਟ ਹੋ ਗਿਆ। ਸ਼ੂਟ ਤੇ ਤਾਂ ਆਹ ਕੰਮ ਕਰਦੇ ਫਿਰਦੇ ਆ, ਉਹ ਦੇਖੋ ਡਾਇਰੈਕਟਰ ਸਾਹਿਬ ਉਹਨੇ ਕੈਮਰਾ ਹੀ ਨਹੀਂ ਔਨ ਕੀਤਾ, ਕਿੱਦਾਂ ਲੱਸੀ ਘਰ ਛੱਡੀ ਹੈ ਬਟ ਬਣਿਆ।